द्वादश गुरिंड को मेरी है प्रणाम। ओम शंकरम शंकराचार्यम केशवं वादरायनं सूत्रभाष्यकृतौ वन्दे भगवन्तौ पुनः पुनः ईश्वरो गुरुरात्मेति मूर्ति भेद विभागिने व्योमवद व्याप्त देहाय दक्षिणामूर्तये नमः। मंगलं दिशतु नायको मंगलं दिशतु मे सरस्वती मंगलं दिशतु मे महेश्वरी मंगलं दिशतु मे सदाशिव। परम सतारियो हाजरीन साध संगत जीओ, सब तो पहला महान सतगुरां नू याद करिए, सब प्रेम सत्कार नाल आखिए धन श्री सतगुरु राम सिंह सच्चे पातशाह। एक बार फिर गुरबाणी दे उन्हां महान वाकां दे अनुसार अंत न सिफती कहन न अंत, अंत न करना देन न अंत, अंत न वेखन सुनन न अंत, अंत न जापै क्या मन मंत दे वाक अनुसार सब प्रेम सत्कार नाल आखिए धन श्री सतगुरु जगजीत सिंह सच्चे पातशाह। सारिया का धनता योग जन्म है ये सुभाग समा सतगुरु जगजीत सिंह सच्चे पातशाह की महान बेअंत बख्शिश के नाल सतगुरु जी दर्शन का आनंद मान रहे हो। सतगुरां दा दिता होया दान प्राप्त किया होया नाम का सिमरन कर रहे हो। इसी समय अनुसार गुरबाणी शास्त्र ते इतिहास ते विचार करन दा सुभाग समा सानू प्राप्त होया है। जदों गुरु नानक दे दर्शन नू पढ़िए गुरबाणी नू विचारीए अनादि काल तो ये मनुख सुख की तलाश करता आ रहा साध संगत। जे आप इस तरह कह लीए जिन्हों मुक्ति आख्या जाता है जा मोक्ष आख्या जाता है जा 84 लख जोन तो आप छुटना चाहते हैं किते ना सारे शब्दों जे इकट्ठा करके निचोड़ कढ़िया जावे इहदा सारिआं दा भाव है मनुख सुख नू चाहुंदा। अर्थात जे आपां आख लईए मुक्ति दा की भाव है भाव मनुख सुख नू प्राप्त करना चाहुंदा साध संगत। और अज तो नहीं
ਜਦੋਂ ਤੋਂ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਮਨੁੱਖ ਇਸੇ ਹੀ ਸੁੱਖ ਵੱਲ ਹੌਲੀ ਹੌਲੀ ਵੱਧਦਾ ਪਿਆ। ਸਾਧ ਸੰਗਤ 'ਚ ਚਾਹੇ ਉਹ ਸੰਸਾਰਿਕ ਸੁੱਖ ਹੋਵੇ, ਚਾਹੇ ਉਹ ਆਂਤਰਿਕ ਸੁੱਖ ਹੋਵੇ, ਮਨੁੱਖ ਦੀ ਇਹ ਸੁਭਾਵਿਕ ਔਰ ਬਿਨਾਂ ਸੋਚ ਵਿਚਾਰ ਤੋਂ ਇੱਛਾ ਇੱਕ ਐਸੇ ਸੁੱਖ ਦੀ ਪ੍ਰਾਪਤੀ ਹੋ ਜਾਵੇ ਜਿਸ ਸੁੱਖ ਦਾ ਕਦੇ ਨਾਸ਼ ਨਾ ਹੋਵੇ। ਸਾਧ ਸੰਗਤ 'ਚ ਇਹ ਮਨ ਇੱਕ ਚੀਜ਼ ਨਾਲ ਜੋ ਤ੍ਰਿਪਤ ਨਹੀਂ ਹੁੰਦਾ, ਇੱਕ ਮਿਲਿਆ ਦੋ, ਦੋ ਮਿਲਿਆ ਤਿੰਨ, ਤਿੰਨ ਮਿਲੇ ਚਾਰ, ਹਮੇਸ਼ਾ ਨਾ ਠਹਿਰ ਕੇ ਅੱਗੇ ਦੀ ਅੱਗੇ ਹੀ ਵੱਧਦਾ ਜਾਂਦਾ ਪਿਆ। ਸਾਧ ਸੰਗਤ 'ਚ ਜੀਵਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਸਾਰਿਕ ਸੁੱਖ ਸਾਨੂੰ ਉਪਭੋਗ ਕਰਨ ਦੇ ਵਾਸਤੇ ਮਿਲਦੇ ਨੇ, ਪਰ ਮਨ ਉਹਨਾਂ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਸ਼ਾਂਤ ਨਹੀਂ ਹੁੰਦਾ। ਸਾਧ ਸੰਗਤ 'ਚ ਮਨ ਇੱਕ ਸੁੱਖ ਦੇ ਵਿੱਚ ਥੋੜ੍ਹੀ ਦੇਰ ਖੁੱਭਦਾ ਜ਼ਰੂਰ ਹੈ, ਉਹਦਾ ਆਨੰਦ ਜ਼ਰੂਰ ਮਾਣਦਾ, ਪਰ ਚਾਹੇ ਉਹ ਵਿਅਕਤੀ ਦਾ ਸੰਬੰਧ ਹੋਵੇ, ਚਾਹੇ ਉਹ ਪਦਾਰਥਕ ਸੁੱਖ ਹੋਵੇ, ਜਿੰਨਾ ਜਿੰਨਾ ਵਿਅਕਤੀ ਉਹਦੇ ਨਜ਼ਦੀਕ ਜਾਂਦਾ ਜਾਏਗਾ, ਉਹਨਾਂ ਉਹਨਾਂ ਉਹਦੇ ਤੋਂ ਉਹਨੂੰ ਉਸ ਸੁੱਖ ਤੋਂ ਉਹਦਾ ਮਨ ਉਚਾਟ ਹੋਣਾ ਸ਼ੁਰੂ ਹੋ, ਭਾਵ ਤ੍ਰਿਪਤੀ ਨਹੀਂ ਮਿਲਦੀ। ਸਾਧ ਸੰਗਤ 'ਚ ਅਨਾਦੀ ਕਾਲ ਤੋਂ ਮਨੁੱਖ ਇਸ ਸੁੱਖ ਦੀ ਤਲਾਸ਼ ਦੇ ਵਿੱਚ ਹੈ। ਜੇ ਆਪਾਂ ਬਾਹਰੀ ਵਿਕਾਸ ਵੇਖੀਏ, ਇਹ ਮਨੁੱਖ ਨੇ ਅੱਜ ਟੈਕਨੋਲੋਜੀ ਦੇ ਨਾਲ ਸੰਸਾਰ ਦੇ ਹਰ ਸੁੱਖ ਨੂੰ ਤਿਆਰ ਕਰਨ ਦਾ ਯਤਨ ਕੀਤਾ ਹੈ, ਔਰ ਇਸੇ ਪ੍ਰਕਾਰ ਕੁਛ ਆਂਤਰਿਕ ਲੋਕ ਸਨ ਜਿਨ੍ਹਾਂ ਨੇ ਅੰਦਰ ਦੇ ਸੁੱਖ ਨੂੰ ਖੋਜਣ ਦੇ ਵਾਸਤੇ ਯਤਨ ਕੀਤਾ। ਉਹ ਅੰਦਰ ਦੀ ਖੋਜ ਹੀ ਧਰਮ ਦੀ ਯਾਤਰਾ ਹੈ, ਅਧਿਆਤਮ ਦੀ ਯਾਤਰਾ ਸਾਧ ਸੰਗਤ 'ਚ, ਔਰ ਇਹ ਦੋਨੋਂ ਯਾਤਰਾ ਅਨਾਦਿਕਾਲ ਤੋਂ ਸੰਸਾਰ ਕਰਦਾ ਆ ਰਿਹਾ। ਭਾਵ ਕਿਸੇ ਢੰਗ ਨਾਲ ਐਸਾ ਸੁੱਖ ਮਿਲ ਜਾਵੇ ਜਿੱਥੇ ਜਾ ਕੇ ਉਹ ਸੁੱਖ ਨਾ ਘਟੇ ਨਾ ਵਧੇ, ਉਹ ਸੁੱਖ ਕਦੇ ਖਤਮ ਨਾ ਹੋਵੇ, ਉਹ ਸੁੱਖ ਕਿਸੇ ਦੇ ਨਿਰਭਰ ਨਾ ਹੋਵੇ, ਭਾਵ ਕਿਸੇ ਦੇ ਅਧੀਨ ਨਾ ਹੋਵੇ। ਸਾਧ ਸੰਗਤ 'ਚ ਸੰਸਾਰ ਦੇ ਜਿੰਨੇ ਵੀ ਸੁੱਖ ਨੇ, ਜੇ ਬਚਪਨ ਤੋਂ ਲੈ ਕੇ ਆਪਣੇ ਜੀਵਨ ਦੇ ਵਿੱਚ ਆਪਾਂ ਝਾਤ ਮਾਰੀਏ, ਸੁੱਖ ਵੱਧਦਾ ਘਟਦਾ ਰਹਿੰਦਾ। ਸੁੱਖ ਪਦਾਰਥ ਦੇ ਅਧੀਨ ਹੈ ਜਾਂ ਵਿਅਕਤੀ ਦੇ ਅਧੀਨ ਹੈ, ਸੁੱਖ ਖਤਮ ਹੋਣ ਵਾਲਾ ਹੈ, ਪਰ ਇੱਕੋ ਇੱਕ ਪਰਮਾਤਮਾ ਦਾ ਸੁੱਖ ਹੈ, ਸਤਿਗੁਰੂ ਦੀ ਸ਼ਰਨ ਹੈ, ਨਾਮ ਦਾ ਸੁੱਖ ਹੈ, ਜਿਹੜਾ ਹਮੇਸ਼ਾ ਵੱਧਦਾ ਹੀ ਵੱਧਦਾ, ਘਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਉਹ ਖਤਮ ਨਹੀਂ ਹੁੰਦਾ, ਔਰ ਉਹ ਕਿਸੇ ਦੇ ਅਧੀਨ ਨਹੀਂ। ਹਰ ਸਮੇਂ ਉਸ ਸੁੱਖ ਦੀ ਰਸ ਦੀ ਮਸਤੀ ਨੂੰ ਆਦਮੀ ਮਾਣ ਸਕਦਾ ਸਾਧ ਸੰਗਤ 'ਚ। ਇਸ ਕਰਕੇ ਧਰਮ ਦੇ ਲੋਕਾਂ ਨੇ ਬਾਹਰੀ ਸੁੱਖ ਦੇ ਨਾਲ ਨਾਲ ਅੰਦਰ ਦੇ ਸੁੱਖ ਦੀ ਤਲਾਸ਼ ਕਰਨੀ ਸ਼ੁਰੂ ਕੀਤੀ, ਜਿਹਦੇ ਕਰਕੇ ਅਨੇਕ ਦਰਸ਼ਨ ਬਣ ਗਏ। ਭਾਵ ਉਸ ਸੁੱਖ ਦੀ ਤਲਾਸ਼ ਦੇ ਵਾਸਤੇ ਕੋਈ ਕਰਮ ਯੋਗ ਦਾ ਆਸ਼ਰੇ ਲੈਂਦਾ, ਕੋਈ ਭਗਤੀ ਯੋਗ ਨੂੰ, ਕੋਈ ਗਿਆਨ ਯੋਗ ਨੂੰ, ਕੋਈ ਅਸ਼ਟਾਂਗ ਯੋਗ ਨੂੰ। ਭਾਵ ਗੁਰਬਾਣੀ ਦੇ ਵਿੱਚ, ਸ਼ਾਸਤਰ ਦੇ ਵਿੱਚ ਇਹਨਾਂ ਸਾਰੇ ਯੋਗਾਂ ਦਾ ਵਰਣਨ ਸਾਨੂੰ ਮਿਲਦਾ। ਯੋਗ ਤੋਂ ਭਾਵ ਜਿਹੜੇ ਉਸ ਸਤਿਗੁਰੂ ਦੇ ਨਾਲ, ਉਸ ਪਰਮਾਤਮਾ ਦੇ ਨਾਲ ਜਾਂ ਉਸ ਸੱਚੇ ਸੁੱਖ ਨਾਲ ਮਿਲਾਵੇ, ਉਸ ਨੂੰ ਯੋਗ ਕਿਹਾ ਜਾਂਦਾ, ਮਿਲਾਉਣ ਵਾਲੇ ਨੂੰ ਯੋਗ ਕਿਹਾ ਜਾਂਦਾ। ਪਰ ਜਦੋਂ ਗੁਰੂ ਨਾਨਕ ਦਾ ਦਰਸ਼ਨ ਪੜ੍ਹੀਏ, ਗੁਰੂ ਨਾਨਕ ਨੇ ਜਦੋਂ ਇਸ ਪ੍ਰਿਥਵੀ 'ਤੇ ਅਵਤਾਰ ਲਿਆ, ਉਸ ਵੇਲੇ ਵੀ ਅਨੇਕਾਂ ਧਰਮ ਸੰਪਰਦਾਇ ਚੱਲਦੇ ਸਨ, ਅਨੇਕਾਂ ਪ੍ਰਕਾਰ ਦੀਆਂ ਸਾਧਨਾਵਾਂ ਚੱਲਦੀਆਂ ਸਨ, ਪਰ ਗੁਰੂ ਨਾਨਕ ਨੇ ਤੀਰਥ ਯਾਤਰਾ ਕਰਕੇ, ਗੋਸ਼ਟੀਆਂ ਕਰਕੇ ਇਹ ਨਿਚੋੜ ਕੱਢਿਆ ਕਿ ਗੁਰਸਿੱਖੀ ਸਿਧਾਂਤ ਦੇ ਅਨੁਸਾਰ ਤਿੰਨ ਸੱਸਿਆਂ ਦੀ ਬੜੀ ਲੋੜ ਹੈ ਸਾਧ ਸੰਗਤ 'ਚ। ਪਹਿਲਾ ਹੈ ਸਤਸੰਗ, ਦੂਸਰਾ ਹੈ ਸੇਵਾ,
ਔਰ ਤੀਸਰਾ ਹੈ ਸਿਮਰਨ ਸਾਸਨ ਵਿੱਚ। ਜੇ ਸਿੱਖੀ ਦੀ ਸਾਧਨਾ ਵੇਖਣੀ ਹੋਵੇ, ਗੁਰੂ ਸਾਹਿਬਾਂ ਨੇ ਸਤਸੰਗ ਕਰਨ ਲਈ ਉਪਦੇਸ਼ ਕੀਤਾ, ਗੁਰੂ ਸਾਹਿਬਾਂ ਨੇ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਹੈ, ਅਖੀਰ ਸਿਮਰਨ ਕਰਨ ਲਈ ਆਖਿਆ ਸਾਧਸੰਗ ਵਿੱਚ। ਇਹਨਾਂ ਤਿੰਨਾਂ ਬਿੰਦੂਆਂ ਦੇ ਉੱਤੇ ਸਮੇਂ ਦੇ ਅਨੁਸਾਰ ਸਤਿਗੁਰੂ ਜੀ ਦੀ ਬਖਸ਼ਿਸ਼ ਬੁੱਧੀ ਦੇ ਅਨੁਸਾਰ ਦਾਸ ਆਪ ਦੇ ਸਾਹਮਣੇ ਕੁਛ ਵਿਚਾਰਾਂ ਰੱਖਣ ਲੱਗਾ ਜੀ। ਪਹਿਲੀ ਚੀਜ਼ ਸਤਸੰਗ। ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਭਾਵ ਸਾਹਿਬ ਕਹਿੰਦੇ ਨੇ, ਇਹ ਜੋ ਮੇਰਾ ਮਨ ਰੂਪੀ ਬੂਟਾ ਸੀ ਨਾ, ਇਹ ਸੰਸਾਰ ਦੀ ਵਿਸ਼ੇ ਵਾਸਨਾ ਦੇ ਕਾਰਨ, ਸੰਸਾਰ ਦੀ ਮੋਹ ਮਮਤਾ ਦੇ ਕਾਰਨ ਸੁੱਕ ਗਿਆ ਸੀ, ਪਰ ਜਦੋਂ ਸਤਸੰਗ ਰੂਪੀ ਜਲ ਦੀ ਮੈਨੂੰ ਪ੍ਰਾਪਤੀ ਹੋਈ ਨਾ, ਇਹ ਮਨ ਰੂਪੀ ਬੂਟਾ ਹਰਿਆ ਹੋ ਗਿਆ ਅਤੇ ਇਹਨੂੰ ਸੇਵਾ ਸਿਮਰਨ ਅਤੇ ਸਤਸੰਗ ਰੂਪੀ ਫਲ ਲੱਗ ਗਏ, ਜਿਹਦੇ ਕਾਰਨ ਮੇਰੀ 84 ਕੱਟੀ ਗਈ ਸਾਧਸੰਗ 'ਚ। ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਚ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ। ਵਾਕ ਅਨੁਸਾਰ ਜਦੋਂ ਇਸ ਸ਼ਬਦ ਦੀ ਵਿਚਾਰ ਕਰੀਏ, ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾਕਾਮ, ਬੜੀ ਹੈਰਾਨਗੀ ਹੁੰਦੀ ਹੈ। ਇਹ ਸਿੱਖ ਦਰਸ਼ਨ ਦੇ ਵਿੱਚ ਗ੍ਰਸਥ ਦੀ ਬੜੀ ਪ੍ਰਧਾਨਤਾ ਹੈ, ਔਰ ਗ੍ਰਸਥ ਵਾਸਤੇ ਮਾਇਆ ਵੀ ਚਾਹੀਦੀ ਹੈ, ਗ੍ਰਸਥ ਵਾਸਤੇ ਹੋਰ ਵੀ ਘਰੇਲੂ ਬੜੇ ਕੰਮ ਹੋਇਆ ਕਰਦੇ ਨੇ, ਪਰ ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਕਹਿੰਦੇ ਨੇ ਸਾਧਾਂ ਦੀ ਸੰਗਤ, ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਅਤੇ ਸਿਮਰਨ ਤੋਂ ਬਿਨਾਂ ਤੇਰੇ ਸਾਰੇ ਕੰਮ ਵਿਅਰਥ ਨੇ, ਵਿਅਰਥ ਨੇ। ਜਦੋਂ ਇਸ ਪੰਕਤੀ ਦੀ ਵਿਚਾਰ ਕਰੀਏ, ਆਖਿਰ ਕੀ ਇਹਨਾਂ ਘਰ ਦੇ ਕੰਮਾਂ ਦੀ, ਪਰਿਵਾਰ ਦੀਆਂ ਲੋੜਾਂ ਦੀ ਗੁਰੂ ਸਾਹਿਬਾਂ ਨੂੰ ਗਿਆਨ ਨਹੀਂ ਸੀ? ਇਹਦਾ ਭਾਵ ਜਦੋਂ ਵਿਚਾਰ ਕਰੀਏ ਇਹ ਨਿਕਲਦਾ, ਜਦੋਂ ਮਨੁੱਖ ਉਸ ਪਰਮਾਤਮਾ ਦੀ ਦਿੱਤੀ ਹੋਈ ਆਯੂ ਇਹਨਾਂ ਸਵਾਸਾਂ ਦਾ ਭੋਗ ਕਰਕੇ ਇਸ ਸੰਸਾਰ ਤੋਂ ਚਾਲੇ ਪਾਉਂਦਾ, ਉਸ ਵੇਲੇ ਸੰਸਾਰ ਦੀ ਸਾਰੀ ਕਮਾਈ ਇਸ ਤਰ੍ਹਾਂ ਹੋ ਜਾਂਦੀ ਹੈ। ਨੀਤੀਕਾਰ ਮਹਾਤਮਾ ਕਹਿੰਦੇ ਨੇ, ਧਨਾਨੀ ਭੂ ਮਉ ਪਸ਼ਮਸ਼ਚ ਗੋਸ਼ਠੇ, ਨਾਰੀ ਗ੍ਰਿਹ ਦੁਆਰੇ ਜਨਸਮਸ਼ਾਨੇ, ਦੇਹਿਸ਼ਚਿਤਾਯਮ ਪਰਲੋਕ ਮਾਰਗੇ, ਧਰਮ ਨੁਗੋ ਗੱਛਤੀ ਜੀਵ ਏ ਕਹਾ। ਕਹਿੰਦੇ ਨੇ ਧਨ ਪਦਾਰਥ ਇਹ ਸਾਰੇ ਪਰਿਵਾਰ ਦੇ ਸੰਬੰਧ ਨਾਤੇ ਬਿਲਕੁਲ ਉਸ ਸਵਾਸਾਂ ਦੀ ਡੋਰੀ ਟੁੱਟਣ ਦੇ ਨਾਲ ਹੀ ਜੀਵ ਦੇ ਖਤਮ ਹੋ ਜਾਂਦੇ ਨੇ ਸਾਸਨ ਵਿੱਚ। ਜਦੋਂ ਵਿਚਾਰ ਕਰੀਏ, ਇਹ ਸਿੱਖ ਦਰਸ਼ਨ ਪੁਨਰ ਜਨਮਵਾਦੀ ਹੈ। ਸਾਡੀ ਇਹ ਮਾਨਤਾ ਹੈ ਕਿ ਮਨੁੱਖ ਦਾ ਇਹ ਪਹਿਲਾ ਜਨਮ ਨਹੀਂ, ਹਜ਼ਾਰਾਂ ਜਨਮਾਂ ਦੀ ਅਸੀਂ ਯਾਤਰਾ ਕਰਦੇ ਆ ਰਹੇ ਹਾਂ, ਔਰ ਹਜ਼ਾਰਾਂ ਜਨਮਾਂ ਦੀ ਯਾਤਰਾ ਕਰਨੀ ਹੈ। ਜੇ ਇਸ ਮਨੁੱਖ ਜਨਮ ਨੂੰ ਪ੍ਰਾਪਤ ਕਰਕੇ, ਸਤਿਗੁਰੂ ਦੀ ਸ਼ਰਨ ਅਤੇ ਉਪਦੇਸ਼ ਨੂੰ ਪ੍ਰਾਪਤ ਕਰਕੇ, ਜੇ ਇਸ ਮਨ ਨੂੰ ਉਸ ਪਰਮਾਤਮਾ ਦੇ ਵਿੱਚ ਲੀਨ ਕਰ ਲਿਆ, ਫਿਰ ਤਾਂ ਅਖੀਰੀ ਜਨਮ ਹੋ ਸਕਦਾ, ਨਹੀਂ ਤਾਂ ਹਜੇ ਅਨੰਤ ਜਨਮਾਂ ਦੀ ਯਾਤਰਾ ਹੋਰ ਕਰਨੀ ਪੈਣੀ ਹੈ ਸਾਧਸੰਗ ਵਿੱਚ। ਭਾਵ ਪਿਛਲੇ ਜਨਮ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਸਨ ਉਹਨਾਂ ਦੀ ਯਾਦ ਵੀ ਨਹੀਂ, ਉਹ ਕਿੱਥੇ ਗਏ ਨੇ? ਪਹਿਲਾਂ ਵੀ ਸਾਡੇ ਕੋਈ ਮਾਤਾ ਪਿਤਾ ਸਨ, ਇਹ ਭੈਣ ਭਾਈ ਸੰਬੰਧੀ ਸਨ, ਪਹਿਲਾਂ ਵੀ ਅਸੀਂ ਕੋਈ ਘਰ ਬਣਾਇਆ ਸੀ ਜਿਹਦੇ ਵਿੱਚ ਪਰਿਵਾਰ ਦੇ ਨਾਲ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਜੀਵਨ ਦੇ ਸੁਪਨੇ ਵੇਖੇ ਸਨ, ਪਰ ਇਸ ਜਨਮ ਦੇ ਵਿੱਚ ਨਾ ਉਹ ਸੰਬੰਧੀ ਯਾਦ ਨੇ, ਨਾ ਉਹ ਘਰ ਯਾਦ ਨੇ, ਨਾ ਉਹ ਦੇਸ਼ ਅਸਥਾਨ ਯਾਦ ਹੈ। ਭਾਵ ਇੱਕ ਨਵੀਂ ਦੁਨੀਆ ਖੜ੍ਹੀ ਹੋ ਗਈ ਹੈ, ਮਨੁੱਖ ਫਿਰ ਬਚਪਨ ਤੋਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਬਣਾਉਣ ਦੀ ਕੋਸ਼ਿਸ਼ ਕਰਦਾ, ਔਰ ਜਿਸ ਨੇ ਸਵਾਸਾਂ ਦੀ ਡੋਰੀ ਟੁੱਟ ਜਾਂਦੀ ਹੈ, ਸਾਰਾ ਕੁਛ ਇੱਥੇ ਦਾ ਇੱਥੇ ਹੀ ਛੱਡ ਕੇ ਚਲਿਆ ਜਾਂਦਾ ਸਾਧਸੰਗਤ 'ਚ। ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾਕਾਮ,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਪੰਕਤੀ ਦਾ ਭਾਵ ਇਹ ਹੈ, ਇਹ ਮਨੁੱਖ ਜਿਸ ਦਿਨ ਇਹ ਸਵਾਸਾਂ ਦੀ ਡੋਰੀ ਟੁੱਟ ਜਾਣੀ ਹੈ, ਇਹ ਸਾਰੇ ਪਦਾਰਥ ਸੰਬੰਧ ਇੱਥੇ ਹੀ ਰਹਿ ਜਾਣੇ ਹੈ। ਜੀਵਨ ਦੇ ਵਿੱਚ ਕੀਤਾ ਹੋਇਆ ਸਤਸੰਗ, ਸਤਿਗੁਰੂ ਦੀ ਸ਼ਰਨ ਅਤੇ ਆਪਣੇ ਮੁਖ ਦੇ ਨਾਲ ਮਨ ਦੇ ਨਾਲ ਜਪਿਆ ਹੋਇਆ ਜੋ ਨਾਮ ਹੈ, ਇਹੀ ਤੇਰੀ ਯਥਾਰਥ ਪੂੰਜੀ ਹੈ, ਜਿਹਨੇ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਜਾਣਾ ਸਾਧ ਸੰਗਤ 'ਚ। ਇਸ ਕਰਕੇ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ ਵਾਕ ਅਨੁਸਾਰ ਪਹਿਲੀ ਚੀਜ਼ ਸਿੱਖੀ ਸਿਧਾਂਤ ਦੇ ਅਨੁਸਾਰ ਸਤਸੰਗ ਹੈ ਸਾਧ ਸੰਗਤ 'ਚ। ਕਿਉਂ? ਸ਼ਾਸਤਰ ਦਾ ਇੱਕ ਨਿਯਮ ਹੈ, ਗਿਆਏਤੇ ਇੱਛਤੇ ਯਤਤੇ। ਜਦੋਂ ਵੀ ਦੁਨੀਆ ਦਾ ਕੋਈ ਕੰਮ ਸ਼ੁਰੂ ਕੀਤਾ ਜਾਵੇ, ਚਾਹੇ ਛੋਟਾ ਕੰਮ ਹੋਵੇ, ਚਾਹੇ ਵੱਡਾ ਕੰਮ ਹੋਵੇ, ਚਾਹੇ ਵਿਵਹਾਰਿਕ ਹੋਵੇ, ਚਾਹੇ ਧਾਰਮਿਕ ਹੋਵੇ, ਹਰ ਕੰਮ ਨੂੰ ਕਰਨ ਦਾ ਨਿਯਮ ਕੀ ਹੈ? ਸਭ ਤੋਂ ਪਹਿਲਾਂ ਉਸ ਕੰਮ ਦਾ ਗਿਆਨ ਪ੍ਰਾਪਤ ਹੋਏਗਾ। ਤੁਸੀਂ ਵੇਖੋ, ਉਸ ਚੀਜ਼ ਨੂੰ ਪ੍ਰਾਪਤ ਕਰਨ ਦੀ ਸਾਡੇ ਅੰਦਰ ਇੱਛਾ ਪੈਦਾ ਨਹੀਂ ਹੁੰਦੀ ਜਿਹਨੂੰ ਅਸੀਂ ਜਾਣਦੇ ਨਹੀਂ। ਸਾਧ ਸੰਗਤ 'ਚ ਜਿਸ ਵਿਅਕਤੀ ਨੂੰ ਅਸੀਂ ਕਦੇ ਮਿਲੇ ਨਹੀਂ, ਉਹਦੇ ਬਾਰੇ ਮਿਲਣ ਦੀ ਸਾਡੇ ਮਨ ਦੇ ਅੰਦਰ ਕੋਈ ਖਾਸ ਪੈਦਾ ਨਹੀਂ ਹੁੰਦੀ। ਦੁਨੀਆ ਦੇ ਉੱਤੇ ਕੋਈ ਵੀ ਕੰਮ ਹੋਵੇ, ਜਿੰਨਾ ਚਿਰ ਉਹਦੀ ਸਾਨੂੰ ਨੌਲੇਜ ਪ੍ਰਾਪਤ ਨਹੀਂ ਹੋਏਗੀ, ਗਿਆਨ ਨਹੀਂ ਮਿਲੇਗਾ, ਉਹਨਾਂ ਚਿਰ ਉਹਦੀ ਇੱਛਾ ਪ੍ਰਾਪਤ ਨਹੀਂ ਹੋਏਗੀ। ਸਭ ਤੋਂ ਪਹਿਲਾਂ ਮਨ ਦੇ ਅੰਦਰ ਗਿਆਨ ਪੈਦਾ ਹੁੰਦਾ, ਗਿਆਨ ਤੋਂ ਬਾਅਦ ਇੱਛਾ ਪੈਦਾ ਹੁੰਦੀ ਹੈ, ਔਰ ਇੱਛਾ ਤੋਂ ਬਾਅਦ ਯਤਨ ਸ਼ੁਰੂ ਹੁੰਦਾ ਸਾਧ ਸੰਗਤ 'ਚ। ਜਿਹਦੇ ਸਾਡੇ ਅੰਦਰ ਗਿਆਨ ਨਹੀਂ, ਉਹਦੇ ਬਾਰੇ ਸਾਡੇ ਅੰਦਰ ਇੱਛਾ ਪੈਦਾ ਨਹੀਂ ਹੋਏਗੀ। ਜਿਸ ਵਿਅਕਤੀ ਨੂੰ ਅਸੀਂ ਜਾਣਦੇ ਨਹੀਂ, ਉਹਨੂੰ ਮਿਲਣ ਦੀ ਇੱਛਾ ਨਹੀਂ। ਜਿਸ ਪਦਾਰਥ ਨੂੰ ਅਸੀਂ ਜਾਣਦੇ ਨਹੀਂ, ਉਹਨੂੰ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਏਗੀ। ਸੁਭਾਵਿਕ ਇੱਕ ਮਨ ਦੀ ਪ੍ਰਵਿਰਤੀ ਹੈ, ਕੋਈ ਵਿਅਕਤੀ ਸਾਨੂੰ ਨਵਾਂ ਮਿਲੇ, ਅਸੀਂ ਉਹਦਾ ਨਾਮ ਪੁੱਛਦੇ ਹਾਂ, ਉਹਦਾ ਐਡਰੈਸ ਪੁੱਛਦੇ ਹਾਂ। ਜਦੋਂ ਉਹਦਾ ਨਾਮ ਅਤੇ ਐਡਰੈਸ ਸਾਨੂੰ ਪ੍ਰਾਪਤ ਹੋ ਜਾਂਦਾ, ਉਹ ਸਾਡਾ ਆਪਣਾ ਬਣ ਜਾਂਦਾ। ਜਿਸ ਪਦਾਰਥ ਨੂੰ ਅਸੀਂ ਨਵਾਂ ਕਰਕੇ ਵੇਖੀਏ, ਸਭ ਤੋਂ ਪਹਿਲਾਂ ਅਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਕਿਉਂਕਿ ਜਾਣਕਾਰੀ ਤੋਂ ਹੀ ਵਿਅਕਤੀ ਦੇ ਅੰਦਰ ਇੱਛਾ ਪੈਦਾ ਹੁੰਦੀ ਹੈ, ਔਰ ਇੱਛਾ ਤੋਂ ਬਾਅਦ ਵਿਅਕਤੀ ਦੇ ਅੰਦਰ ਯਤਨ ਪੈਦਾ ਹੁੰਦਾ, ਕੋਸ਼ਿਸ਼ ਪੈਦਾ ਹੁੰਦੀ ਹੈ। ਇਹ ਸਤਸੰਗ ਚੀਜ਼ ਕੀ ਹੈ? ਜਿੰਨਾ ਚਿਰ ਅਸੀਂ ਸਤਿਗੁਰੂ ਬਾਰੇ, ਪਰਮਾਤਮਾ ਬਾਰੇ, ਭਗਵਾਨ ਬਾਰੇ ਸੁਣਾਂਗੇ ਨਹੀਂ, ਸਾਨੂੰ ਜਾਣਕਾਰੀ ਨਹੀਂ ਪ੍ਰਾਪਤ ਹੋਏਗੀ, ਉਹਨਾਂ ਚਿਰ ਉਹਦੇ ਬਾਰੇ ਸਾਡੇ ਅੰਦਰ ਇੱਛਾ ਪੈਦਾ ਨਹੀਂ ਹੋਏਗੀ। ਆਖਿਰ ਉਹਨੂੰ ਪ੍ਰਾਪਤ ਕਰਨਾ ਕਿਉਂ ਹੈ? ਉਹਨੂੰ ਪ੍ਰਾਪਤ ਕਰਕੇ ਸਾਨੂੰ ਮਿਲੇਗਾ ਕੀ? ਉਹਨੂੰ ਪ੍ਰਾਪਤ ਕਰਨਾ ਕਿਸ ਤਰ੍ਹਾਂ ਹੈ? ਉਹਦਾ ਤਰੀਕਾ ਕੀ ਹੈ? ਇਹ ਸਾਰੀਆਂ ਚੀਜ਼ਾਂ ਦੀ ਜੋ ਜਾਣਕਾਰੀ ਹੈ, ਉਹ ਸਾਨੂੰ ਇਕੱਠੇ ਬੈਠ ਕੇ ਗੁਰਬਾਣੀ ਦੀ, ਸ਼ਾਸਤਰ ਇਤਿਹਾਸ ਦੀ ਜਦੋਂ ਅਸੀਂ ਵਿਚਾਰ ਸੁਣਦੇ ਹਾਂ, ਸਾਡੇ ਅੰਦਰ ਉਹ ਗਿਆਨ ਪੈਦਾ ਹੋਏਗਾ ਸਾਧ ਸੰਗਤ 'ਚ। ਉਸ ਗਿਆਨ ਤੋਂ ਸਾਡੇ ਅੰਦਰ ਇੱਛਾ ਪੈਦਾ ਹੋਏਗੀ, ਔਰ ਉਸ ਇੱਛਾ ਤੋਂ ਸਾਡੇ ਅੰਦਰ ਯਤਨ ਪੈਦਾ ਹੋ ਜਾਏਗਾ ਸਾਧ ਸੰਗਤ 'ਚ। ਇਸ ਕਰਕੇ ਗੁਰੂ ਸਾਹਿਬਾਂ ਨੇ ਕਿਹਾ, ਸਤਸੰਗ ਕਰਨਾ ਬਹੁਤ ਜ਼ਰੂਰੀ ਹੈ ਸਾਧ ਸੰਗ। ਇਸ ਕਰਕੇ ਸਤ ਔਰ ਸੰਗ ਜੋ ਸ਼ਬਦ ਦਾ ਅਰਥ ਹੈ, ਸਤ ਦਾ ਮਤਲਬ ਹੈ ਪਰਮਾਤਮਾ, ਸਤ ਦਾ ਮਤਲਬ ਹੈ ਸਤਿਗੁਰੂ, ਸਤ ਦਾ ਮਤਲਬ ਹੈ ਉਸ ਸਤਿਗੁਰੂ ਅਤੇ ਪਰਮਾਤਮਾ ਨੂੰ ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਨੇ ਪ੍ਰਾਪਤ ਕੀਤਾ। ਇਹ ਤਿੰਨੇ ਅਰਥ ਇਸ ਸਤ ਸ਼ਬਦ ਦੇ ਵਿੱਚੋਂ ਨਿਕਲਦੇ ਨੇ, ਔਰ ਸੰਗ ਸ਼ਬਦ ਦਾ ਅਰਥ ਹੈ ਮਿਲਾਪ। ਮਹਾਰਿਸ਼ੀ ਨਾਰਦ ਕਹਿੰਦੇ ਨੇ, ਜਾਂ ਤਾਂ ਸਿੱਧਾ ਉਸ ਨਿਰਾਕਾਰ ਪਰਮਾਤਮਾ ਦਾ ਸੰਗ ਹੋ ਜਾਵੇ, ਜਾਂ ਸਤਿਗੁਰੂ ਦੇ ਮਾਧਿਅਮ ਰਾਹੀਂ ਹੋ ਜਾਵੇ, ਜਾਂ ਸੰਤਾਂ ਮਹਾਂਪੁਰਸ਼ਾਂ ਦੇ ਦੁਆਰਾ ਉਹਦੀ ਜਾਣਕਾਰੀ ਪ੍ਰਾਪਤ ਹੋ ਜਾਵੇ, ਜਿਸ ਤਰ੍ਹਾਂ ਵੀ ਹੋਵੇ, ਵਿਅਕਤੀ ਨੂੰ ਜੀਵਨ ਦੇ ਵਿੱਚ ਸਤਸੰਗ ਜ਼ਰੂਰ ਪ੍ਰਾਪਤ ਹੋਣਾ ਚਾਹੀਦਾ। ਇਤਿਹਾਸ ਨੂੰ ਜਦੋਂ ਆਪਾਂ ਖੋਲ੍ਹ ਕੇ ਵੇਖੀਏ, ਜਿੰਨੇ ਵੀ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ, ਕਿਸੇ ਨਾ ਕਿਸੇ ਸਤਿਗੁਰੂ ਦੀ, ਸੰਤ ਦੀ ਸੰਗਤ ਤੋਂ ਬਿਨਾਂ ਉਸ ਪਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਸਾਧ ਸੰਗਤ 'ਚ। ਇਸ ਕਰਕੇ ਪਹਿਲੀ ਚੀਜ਼ ਹੈ
ਸਤ ਸੰਗ ਸਾਸ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਈ ਹੈ। ਗੁਰੂ ਨਾਨਕ ਪਾਤਸ਼ਾਹ ਇਸ ਸਤਸੰਗ ਦੀ ਡੈਫੀਨੇਸ਼ਨ ਦੱਸਦੇ ਨੇ ਪਏ ਸਤਸੰਗਤ ਕੈਸੀ ਜਾਣੀ ਹੈ। ਬਹੁਤ ਸਾਰੇ ਇਕੱਠ ਦਾ ਨਾਮ ਸਤਸੰਗ ਨਹੀਂ, ਬਹੁਤ ਸਾਰੇ ਲੋਕਾਂ ਦਾ ਮਿਲ ਕੇ ਬੈਠਣ ਦਾ ਨਾਮ ਵੀ ਸਤਸੰਗ ਨਹੀਂ। ਸਤਸੰਗ ਕੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਉਸ ਸਤਿਗੁਰ ਦੀ ਸਿਫਤ ਹੋਵੇ, ਜਿੱਥੇ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕੀਤਾ ਜਾਵੇ, ਜਿੱਥੇ ਉਸ ਸਤਿਗੁਰੂ ਦੇ ਲੀਲਾ ਕੌਤਕ ਨੂੰ ਯਾਦ ਕਰਕੇ ਉਹਦਾ ਆਸਵਾਦਨ ਕੀਤਾ ਜਾਵੇ, ਉਹਦਾ ਰਸ ਲਿਆ ਜਾਵੇ, ਉਹਦਾ ਨਾਮ ਹੈ ਸਤਸੰਗ। ਬਹੁਤ ਸਾਰੇ ਲੋਕ ਅਗਰ ਮਿਲ ਕੇ ਆਪਾਂ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਬੈਠਦੇ ਹਾਂ, ਕੋਈ ਦੁਨਿਆਵੀ ਗੱਲਾਂ ਕਰ ਲਈਏ, ਜਾਂ ਬਹੁਤ ਵੱਡਾ ਕੋਈ ਆਰਟਿਸਟ ਆਇਆ ਹੋਵੇ, ਬਹੁਤ ਵੱਡਾ ਇਕੱਠ ਹੋ ਜਾਵੇ, ਉਹਦਾ ਨਾਮ ਸਤਸੰਗ ਨਹੀਂ ਗਾ। ਸਤਸੰਗ ਜਿੱਥੇ ਉਸ ਸਤਿਗੁਰੂ ਦੀ ਗੱਲ ਹੈ, ਜਿੱਥੇ ਗੁਰਬਾਣੀ ਦੀ ਵਿਚਾਰ ਦੀ ਗੱਲ ਹੈ, ਜਿੱਥੇ ਇਤਿਹਾਸ ਦੀ ਗੱਲ ਹੈ, ਉਹਦਾ ਨਾਮ ਸਤਸੰਗ ਹੈ। ਸਤਸੰਗ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਜਦੋਂ ਦੀ ਮੈਂ ਸਤ ਸੰਗਤ ਨੂੰ ਪ੍ਰਾਪਤ ਕੀਤਾ ਏ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਇਸ ਸ਼ਬਦ ਦੇ ਪਿੱਛੇ ਇੱਕ ਬੜਾ ਰਹੱਸ ਹੈ। ਅਸਲੀ ਜਿਹੜੀ ਸਿੱਖੀ ਦੀ ਸਾਧਨਾ ਉਹ ਹੈ ਨਾਮ, ਹੁਕਮ ਦੇ ਅਨੁਸਾਰ ਨਾਮ ਦਾ ਜਾਪ ਕਰਨਾ। ਪਰ ਇਸ ਨਾਮ ਦੇ ਵਿੱਚ ਜੋ ਬਾਧਕ ਨੇ, ਜਿਹੜੇ ਮਨ ਨੂੰ ਇਕਾਗਰ ਨਹੀਂ ਹੋਣ ਦਿੰਦੇ, ਉਸ ਨਾਮ ਦੇ ਵਿੱਚ ਡੁੱਬਣ ਨਹੀਂ ਦਿੰਦੇ, ਉਹ ਬਾਧਕ ਤੱਤਵ ਨੇ ਸਾਡੇ ਅੰਦਰ ਜੋ ਈਰਖ ਹੈ, ਜੋ ਰਾਗ ਹੈ, ਜੋ ਦੁਐਸ਼ ਹੈ, ਜੋ ਮੋਹ ਮਮਤਾ ਮਾਇਆ ਅਹੰਕਾਰ ਹੈ, ਕਿਤੇ ਨਾ ਕਿਤੇ ਇਹ ਸਾਡੇ ਮਨ ਨੂੰ ਉਸ ਨਾਮ ਦੇ ਵਿੱਚ ਡੁੱਬਣ ਤੋਂ ਰੋਕਦੇ ਨੇ। ਸਤਸੰਗ ਵਿੱਚ ਇਹ ਸਤਸੰਗ ਕੰਮ ਕੀ ਕਰਦਾ, ਔਰ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ਾਂ ਦੂਰ ਹੋਣ ਵਾਲੀਆਂ ਨਹੀਂ, ਪਰ ਜਿੰਨਾ ਚਿਰ ਵਿਅਕਤੀ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰਕੇ ਸਮਝਦਾ ਨਹੀਂ, ਉਹਨਾਂ ਚਿਰ ਬਖਸ਼ਿਸ਼ ਵੀ ਬਣਨੀ ਬਹੁਤ ਔਖੀ ਹੈ। ਖਿਮਾ ਰੱਖਣਾ ਸਤਸੰਗ ਵਿੱਚ। ਹੁਣ ਵਿਅਕਤੀ ਦੇ ਅੰਦਰ ਅਹੰਕਾਰ ਹੈ, ਜੇ ਉਸ ਅਹੰਕਾਰ ਨੂੰ ਇਹ ਸਮਝੇ ਨਾ, ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ, ਭਾਵ ਇਹ ਅਹੰਕਾਰ ਦਾ ਕੰਡਾ ਮੈਨੂੰ ਹਮੇਸ਼ਾ ਦੁੱਖ ਦਿੰਦਾ, ਮੈਨੂੰ ਹਮੇਸ਼ਾ ਅਹੰਕਾਰੀ ਵਿਅਕਤੀ ਹਮੇਸ਼ਾ ਚਿੰਤਿਤ ਰਹਿੰਦਾ, ਕਿਉਂਕਿ ਉਹ ਆਪਣੇ ਆਪ ਨੂੰ ਬੜਾ ਸ੍ਰੇਸ਼ਠ ਸਮਝਦਾ। ਅਹੰਕਾਰ ਦੀ ਨਿਸ਼ਾਨੀ ਕੀ ਹੈ? ਅਹੰਕਾਰ ਕਹਿੰਦੇ ਕੀ ਨੇ? ਆਪਣੇ ਆਪ ਨੂੰ ਇੱਕ ਨੰਬਰ ਸਮਝਣਾ ਹਰ ਚੀਜ਼ ਦੇ ਵਿੱਚ, ਚਾਹੇ ਉਹ ਵਿੱਦਿਆ ਹੋਵੇ, ਚਾਹੇ ਉਹ ਸੁੰਦਰਤਾ ਹੋਵੇ, ਚਾਹੇ ਉਹ ਧਨ ਪਦਾਰਥ ਹੋਣ ਜਾਂ ਹੋਰ ਵੀ ਕੁਛ ਹੋਵੇ, ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਠ ਸਮਝਣਾ ਔਰ ਦੂਸਰਿਆਂ ਨੂੰ ਆਪਣੇ ਆਪ ਤੋਂ ਥੱਲੇ ਸਮਝਣਾ। ਔਰ ਅਹੰਕਾਰੀ ਵਿਅਕਤੀ ਹਮੇਸ਼ਾ ਡਰਿਆ ਰਹਿੰਦਾ ਸਾਸ ਲਈ, ਕਿਉਂਕਿ ਉਹਦੇ ਅਹੰਕਾਰ ਨੂੰ ਕੋਈ ਠੋਕਰ ਨਾ ਮਾਰ ਦੇ, ਉਹਨੂੰ ਕੋਈ ਪਿੱਛੇ ਨਾ ਛੱਡ ਦੇਵੇ। ਇਸ ਕਰਕੇ ਗਰੀਬੀ ਗਧਾ ਹਮਾਰੀ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਨਿਮਰਤਾ ਤਾਂ ਸਾਡਾ ਹਥਿਆਰ ਹੈ, ਔਰ ਸਿੱਖੀ ਦੇ ਵਿੱਚ ਨਿਮਰਤਾ ਬਹੁਤ ਜ਼ਰੂਰੀ ਹੈ। ਸਾਧਸੰਗ ਵਿੱਚ ਭਾਵ ਜਿੰਨਾ ਚਿਰ ਵਿਅਕਤੀ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਨਹੀਂ ਕਰੇਗਾ ਕਿ ਮੈਂ ਆਪਣੇ ਅਹੰਕਾਰ ਦੇ ਕਾਰਨ ਦੁਖੀ ਹਾਂ, ਆਪਣੀ ਮੋਹ ਮਮਤਾ ਦੇ ਕਾਰਨ ਦੁਖੀ ਹਾਂ, ਮੈਂ ਬਿਨਾਂ ਮਤਲਬ ਤੋਂ ਦੂਸਰਿਆਂ ਦੇ ਨਾਲ ਵੈਰ ਕਰਦਾ, ਦੂਸਰਿਆਂ ਨਾਲ ਵਿਰੋਧ ਕਰਦਾ ਜਿਹੜਾ ਕਿ ਮੈਨੂੰ ਨਹੀਂ ਕਰਨਾ ਚਾਹੀਦਾ। ਇਹਨਾਂ ਗੱਲਾਂ ਦੀ ਜੋ ਸਮਝ ਹੈ, ਇਸ ਬਾਰੇ ਜੋ ਵਿਅਕਤੀ ਦਾ ਧਿਆਨ ਜਾਂਦਾ, ਕਿਉਂਕਿ ਅਹੰਕਾਰ ਬੜਾ ਮਿੱਠਾ ਲੱਗਦਾ ਸਾਧਸੰਗ ਵਿੱਚ, ਮੋਹ ਮਮਤਾ ਬੜੀ ਮਿੱਠੀ ਲੱਗਦੀ ਹੈ, ਚਾਹੇ ਉਹਦੇ ਵਿੱਚ ਬੜੀਆਂ ਠੋਕਰਾਂ ਵੱਜਣ, ਚਾਹੇ ਉਹਦੇ ਵਿੱਚ ਬੜੇ ਤਕਲੀਫਾਂ ਹੋਣ,
ਪਰ ਉਹ ਤਕਲੀਫ ਵੀ ਵਿਅਕਤੀ ਨੂੰ ਬੜੀ ਮਿੱਠੀ ਜਿਹੀ ਲੱਗਣ ਲੱਗ ਜਾਂਦੀ ਹੈ ਸਤਸੰਗ ਵਿੱਚ, ਭਾਵ ਸਤਸੰਗ ਦੇ ਵਿੱਚ ਆ ਕੇ ਵਿਅਕਤੀ ਦਾ ਇਹਨਾਂ ਗੱਲਾਂ ਦੇ ਵੱਲ ਧਿਆਨ ਜਾਂਦਾ ਔਰ ਉਹ ਆਪਣੇ ਅੰਦਰ ਝਾਤੀ ਮਾਰਨਾ ਸ਼ੁਰੂ ਕਰ ਦਿੰਦਾ ਕਿ ਮੇਰੇ ਨਾਮ ਦੇ ਵਿੱਚ ਜੋ ਬਾਧਕ ਚੀਜ਼ਾਂ ਨੇ ਜਿਹੜੀਆਂ ਮੈਨੂੰ ਨਾਮ ਦਾ ਇਹ ਰਸ ਲੈਣ ਨਹੀਂ ਦਿੰਦੀਆਂ, ਮੈਂ ਉਹਨਾਂ ਨੂੰ ਸਮਝਣ ਦਾ ਯਤਨ ਕਰਾਂ ਅਤੇ ਸਮਝ ਕੇ ਮੈਂ ਦੂਰ ਕਰਾਂਗਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਧਰਮੋ ਹੀ ਯੋ ਨ ਬਾਧਿਅਤੇ ਧਰਮਾ, ਸਾ ਨ ਧਰਮੋ ਕੁਧਰਮਤਾ। ਮਹਾਰਿਸ਼ੀ ਬਿਆਸ ਇੱਕ ਜਗ੍ਹਾ ਬੜੀ ਸੂਤਰਾਤਮਕ ਗੱਲ ਲਿਖਦੇ ਨੇ, ਕਹਿੰਦੇ ਨੇ ਜੇ ਕੋਈ ਵਿਅਕਤੀ ਧਾਰਮਿਕ ਹੈ ਔਰ ਸੰਸਾਰ ਦੇ ਵਿੱਚ ਉਹਦਾ ਕਿਸੇ ਨਾਲ ਵੈਰ ਵਿਰੋਧ ਹੈ, ਈਰਖ ਹੈ, ਉਹ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਦਾ ਹੱਕਦਾਰ ਨਹੀਂ ਗਾ, ਕਿਉਂਕਿ ਧਰਮੋ ਹੀ ਉਹ ਨਾ ਬਾਧਿਅਤੇ ਧਰਮਾ ਸਾ ਨ ਧਰਮਾ ਕੁਧਰਮਤਾ। ਕਹਿੰਦੇ ਜਿਸ ਤਰ੍ਹਾਂ ਜਲ ਬੜਾ ਤਰਲ ਪਦਾਰਥ ਹੈ ਨਾ, ਜੇ ਉਹਨੂੰ ਗਲਾਸ ਦੇ ਵਿੱਚ ਪਾਈ ਉਹ ਗਲਾਸ ਦਾ ਆਕਾਰ ਲੈ ਲੈਂਦਾ, ਜੇ ਉਹਨੂੰ ਥਾਲੀ ਦੇ ਵਿੱਚ ਪਾਈ ਉਹ ਥਾਲੀ ਦਾ ਗੋਲ ਮੋਲ ਅਤੇ ਚੌੜਾ ਆਕਾਰ ਲੈ ਲੈਂਦਾ। ਭਾਵ ਜਲ ਦੇ ਨਾਲ ਕਿਸੇ ਦਾ ਵਿਰੋਧ ਨਹੀਂ, ਉਹਨੂੰ ਜਿਹੋ ਜਿਹੇ ਬਰਤਨ ਦੇ ਵਿੱਚ ਪਾਓ ਉਹ ਉਹੋ ਜਿਹੇ ਬਰਤਨ ਦੇ ਵਿੱਚ ਢਲ ਜਾਂਦਾ। ਸਾਸਨ ਵਿੱਚ ਮਹਾਰਿਸ਼ੀ ਬਿਆਸ ਲਿਖਦੇ ਨੇ, ਕਹਿੰਦੇ ਨੇ ਧਰਮੋ ਹੀ ਉਹ ਨਾ ਬਾਧਿਅਤੇ ਧਰਮਾ ਸਾ ਨ ਧਰਮਾ ਕੁਧਰਮਤਾ। ਧਾਰਮਿਕ ਅਖਵਾਉਣ ਦਾ ਹੱਕਦਾਰ ਉਹੀ ਹੈ ਜਿਹਦਾ ਕਿਸੇ ਨਾਲ ਵੈਰ ਅਤੇ ਵਿਰੋਧ ਨਹੀਂ। ਜੇ ਕਿਸੇ ਦਾ ਕਿਸੇ ਨਾਲ ਵੈਰ ਵਿਰੋਧ ਹੈ ਉਹ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਦਾ ਹੱਕਦਾਰ ਨਹੀਂ ਗਾ ਸਾਸਨ ਵਿੱਚ। ਹਾਂ, ਹੋ ਸਕਦਾ ਵਿਵਹਾਰਿਕ ਰੂਪ ਦੇ ਵਿੱਚ ਸਾਡਾ ਉਹਦੇ ਨਾਲ ਮਤ ਨਾ ਮਿਲੇ, ਵਿਚਾਰ ਨਾ ਮਿਲਣ, ਗੁਣ ਨਾ ਮਿਲੇ। ਮਹਾਰਿਸ਼ੀ ਬਿਆਸ ਕਹਿੰਦੇ ਨੇ ਵਿਅਕਤੀ ਉਹੋ ਜਿਹਾ ਰਸਤਾ ਕੱਢ ਲਵੇ ਕਿ ਉਹਦੇ ਨਾਲ ਝਗੜਾ ਨਾ ਹੋਵੇ, ਵੈਰ ਵਿਰੋਧ ਨਾ ਹੋਵੇ, ਭਾਵ ਸਭ ਨਾਲ ਮਿਲ ਕੇ ਰਹਿਣ ਦੀ ਜੋ ਜਾਚ ਹੈ ਇਹਦਾ ਨਾਮ ਹੀ ਧਰਮ ਹੈ ਸਾਸਨ ਵਿੱਚ। ਜੇ ਵਿਅਕਤੀ ਬੜੇ ਅੱਛੇ ਪਹਿਰਾਵੇ ਦੇ ਵਿੱਚ ਹੈ, ਆਪਣੇ ਆਪ ਨੂੰ ਬਹੁਤ ਧਾਰਮਿਕ ਅਖਵਾਉਂਦਾ, ਪਰ ਥੋੜ੍ਹੀ ਥੋੜ੍ਹੀ ਗੱਲ 'ਤੇ ਉਹਦੇ ਅੰਦਰ ਗੁੱਸਾ ਆਉਂਦਾ, ਥੋੜ੍ਹੀ ਥੋੜ੍ਹੀ ਗੱਲ 'ਤੇ ਇੱਕ ਦੂਸਰੇ ਨਾਲ ਵੈਰ ਵਿਰੋਧ ਹੈ, ਬਿਨਾਂ ਮਤਲਬ ਤੋਂ ਵੀ ਕਿਸੇ ਨਾਲ ਈਰਖਾ ਬਖੀਲੀ ਕਰਦਾ, ਐਸੇ ਧਰਮ ਤੋਂ ਫਿਰ ਲੈਣਾ ਕੀ ਹੈ ਸਾਧਸੰਗ ਵਿੱਚ। ਇਸ ਕਰਕੇ ਧਰਮ ਉਹ ਹੈ ਜਿਹੜਾ ਕਿਸੇ ਦਾ ਬਾਧਕ ਨਾ ਬਣੇ, ਸਾਰਿਆਂ ਨਾਲ ਪ੍ਰੇਮ ਕਰਕੇ ਸਾਰਿਆਂ ਨੂੰ ਆਪਣੇ ਵਿੱਚ ਸਮਾਉਣ ਦਾ ਜਿਹਦੇ ਅੰਦਰ ਇੱਕ ਕਲਾ ਆ ਗਈ ਹੈ, ਜਿਹਨੇ ਜੀਵਨ ਦੇ ਵਿੱਚ ਇਹ ਯੁਗਤੀ ਸਿੱਖ ਲਈ ਹੈ, ਸਾਰੇ ਮੁਸੀਬਤਾਂ ਨੂੰ ਸਾਰੇ ਲੋਕਾਂ ਨੂੰ ਆਪਣੇ ਆਤਮ ਸਾਤ ਕਰਨ ਦੀ, ਆਪਣੇ ਨਾਲ ਮਿਲਾਉਣ ਦੀ ਜੋ ਕਲਾ ਹੈ ਇਹਦਾ ਨਾਮ ਹੀ ਧਰਮ ਹੈ ਸਾਧਸੰਗ ਵਿੱਚ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਆਖਿਰ ਸਤਸੰਗ ਦੇ ਵਿੱਚ ਆ ਕੇ ਕਰਨਾ ਕੀ ਹੈ? ਖਿਮਾ ਰੱਖਣਾ, ਕੁਛ ਇਤਿਹਾਸ ਦੀਆਂ ਸਾਖੀਆਂ ਸੁਣ ਲੈਣੀਆਂ, ਕਿਸੇ ਲੋਕਾਂ ਦੇ ਨਾਲ ਕੁਛ ਵਿਚਾਰਾਂ ਸੁਣ ਲੈਣੀਆਂ। ਸਿਰਫ ਇੱਥੇ ਤੱਕ ਸਤਸੰਗ ਨੂੰ ਪੂਰਾ ਨਹੀਂ ਆਖਿਆ ਜਾਂਦਾ ਸਤਸੰਗ ਵਿੱਚ। ਸਤਸੰਗ ਦੇ ਕਰਨ ਤੋਂ ਬਾਅਦ ਵਿਅਕਤੀ ਦੇ ਅੰਦਰ ਇਹ ਜਾਣਕਾਰੀ ਪੈਦਾ ਹੋ ਜਾਵੇ, ਵਿਅਕਤੀ ਦੇ ਅੰਦਰ ਕੁਛ ਵਿਸ਼ਵਾਸ ਪੈਦਾ ਹੋ ਜਾਵੇ, ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜਾ ਮੈਂ ਸਤਸੰਗ ਕਰਨ ਤੋਂ ਬਾਅਦ ਮੇਰਾ ਵੈਰ ਅਤੇ ਵਿਰੋਧ ਮੁੱਕ ਗਿਆ ਨਾ, ਉਹਦਾ ਕਾਰਨ ਕੀ ਹੈ? ਸਾਹਿਬ ਆਪ ਹੀ ਇਸੇ ਸ਼ਬਦ ਦੇ ਵਿੱਚ ਲਿਖਦੇ ਨੇ, ਜੋ ਵੀ ਮੇਰੇ ਨਾਲ ਹੋ ਰਿਹਾ, ਜਿਸ ਤਰ੍ਹਾਂ ਵੀ ਹੋ ਰਿਹਾ, ਇਹ ਸਾਰਾ ਉਸ ਪਰਮਾਤਮਾ ਦੀ ਰਜ਼ਾ ਦੇ ਨਾਲ ਹੋ ਰਿਹਾ, ਉਹਦੇ ਹੁਕਮ ਦੇ ਨਾਲ ਹੋ ਰਿਹਾ, ਇਸ ਕਰਕੇ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਗਾ ਸਾਧ ਸੰਗਤ 'ਚ। ਸਾਡਾ ਦੂਸਰਿਆਂ ਨਾਲ ਵੈਰ ਵਿਰੋਧ ਕਿਉਂ ਹੁੰਦਾ?
ਉਹਨੇ ਮੇਰੇ ਨਾਲ ਇਸ ਤਰ੍ਹਾਂ ਕਰ ਦਿੱਤਾ, ਮੈਨੂੰ ਉਹਦੇ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਸੀ, ਉਹਨੇ ਮੇਰੇ ਨਾਲ ਮਾੜਾ ਕੀਤਾ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਮ ਕਹਿੰਦੇ ਕਿਹਨੂੰ ਨੇ, ਉਹਦੇ ਹੁਕਮ ਦੇ ਵਿੱਚ ਰਹਿਣਾ ਸਾਧ ਸੰਗਤ, ਉਹਦੇ ਹੁਕਮ ਨੂੰ ਮੰਨਣਾ। ਜਦੋਂ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹੇ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨੈ ਪੁਰੀਆ ਭਾਰ, ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਾਹਿਬ ਲਿਖਦੇ ਨੇ ਬੜੀਆਂ ਸੋਚਾਂ ਕਰਨ ਦੇ ਨਾਲ, ਬੜੇ ਵਿਚਾਰ ਕਰਨ ਦੇ ਨਾਲ, ਭਾਵ ਸ਼ਾਸਤਰ ਕਿਤਾਬਾਂ ਪੜ੍ਹਨ ਦੇ ਨਾਲ, ਬੜੇ ਭੁੱਖਿਆਂ ਰਹਿਣ ਦੇ ਨਾਲ, ਬੜੀਆਂ ਅੱਖਾਂ ਬੰਦ ਲਿਵ ਲਾਏ ਤਾਰ, ਬੜੀਆਂ ਅੱਖਾਂ ਬੰਦ ਕਰਕੇ ਬਹਿਣ ਨਾਲ, ਧਿਆਨ ਸਮਾਧੀਆਂ ਲਾਉਂਦੇ ਨਾਲ, ਕਿਵ ਕੂੜੈ ਟੁੱਟੈ ਪਾਲ, ਉਸ ਅਹੰਕਾਰ ਦੀ ਅਗਿਆਨ ਦੀ ਪਾਲ ਭਾਵ ਪੜਦਾ ਟੁੱਟਣ ਵਾਲਾ ਨਹੀਂ, ਜਿਹੜਾ ਜੀਵ ਅਤੇ ਪਰਮਾਤਮਾ ਦੇ ਵਿੱਚ ਪਿਆ ਹੋਇਆ ਪੜਦਾ, ਇਹਨਾਂ ਕਰਮਾਂ ਦੇ ਨਾਲ ਉਹ ਟੁੱਟਣ ਵਾਲਾ ਨਹੀਂ ਗਾ ਸਾਧ ਸੰਗਤ। ਔਰ ਗੁਰੂ ਨਾਨਕ ਪਾਤਸ਼ਾਹ ਆਪ ਹੀ ਪ੍ਰਸ਼ਨ ਕਰਦੇ ਨੇ ਕਿਵ ਕੂੜੈ ਟੁੱਟੈ ਪਾਲ, ਫਿਰ ਉਹ ਜਿਹੜੀ ਕੂੜ ਦੀ ਪਾਲ ਹੈ ਪੜਦਾ ਉਹ ਟੁੱਟੇ ਕਿਵੇਂ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜਿਹੜਾ ਉਸ ਸਤਿਗੁਰੂ ਦੇ ਹੁਕਮ ਦੇ ਅਨੁਸਾਰ, ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲਦਾ, ਇਹ ਕੂੜ ਦੀ ਪਾਲ ਪੜਦਾ ਉਹਦਾ ਹੀ ਟੁੱਟੇਗਾ ਸਾਧ ਸੰਗਤ 'ਚ। ਇਸ ਕਰਕੇ ਸਾਹਿਬਾਂ ਨੇ ਕਿਹਾ ਉਹ ਨਾਮ, ਉਹ ਸੇਵਾ, ਉਹ ਸਾਰੇ, ਅਗਰ ਇਹਨਾਂ ਤਿੰਨਾਂ ਨੂੰ, ਸਤਸੰਗ ਨੂੰ, ਸੇਵਾ ਨੂੰ ਔਰ ਸਿਮਰਨ ਨੂੰ ਇੱਕ ਸ਼ਬਦ ਦੇ ਵਿੱਚ ਕਹਿਣਾ ਹੋਵੇ ਗੁਰਬਾਣੀ ਦੇ ਆਧਾਰ 'ਤੇ, ਉਹ ਹੈ ਹੁਕਮ ਨੂੰ ਮੰਨਣਾ ਸਾਧ ਸੰਗਤ। ਸਿੱਖੀ ਦੀ ਮੁੱਖ ਸਾਧਨਾ ਇਹ ਹੈ। ਔਰ ਇਸ ਹੁਕਮ ਨੂੰ ਮੰਨਿਆ ਕਿਸ ਤਰ੍ਹਾਂ ਜਾਂਦਾ, ਇਸ ਹੁਕਮ ਨੂੰ ਮੰਨਣ ਦਾ ਬਲ ਵਿਅਕਤੀ ਦੇ ਅੰਦਰ ਕਿਸ ਤਰ੍ਹਾਂ ਆਉਂਦਾ, ਸਤਸੰਗ ਕਰਨ ਦੇ ਦੁਆਰਾ, ਸੇਵਾ ਕਰਨ ਦੇ ਦੁਆਰਾ, ਸਿਮਰਨ ਕਰਨ ਦੇ ਦੁਆਰਾ ਹੁਕਮ ਮੰਨਣ ਦਾ ਬਲ ਅਤੇ ਸ਼ਕਤੀ ਵਿਅਕਤੀ ਦੇ ਅੰਦਰ ਆਉਂਦੀ ਹੈ ਸਾਧ ਸੰਗਤ, ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ। ਇਸ ਕਰਕੇ ਪੰਚਮ ਪਾਤਸ਼ਾਹ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਮੇਰੀ ਸਾਰਿਆਂ ਨਾਲ ਕਿਵੇਂ ਬਣਿਆਈ ਹੈ, ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਸਤਸੰਗ ਕਰਨ ਦਾ ਭਾਵ ਕੀ ਹੈ, ਇਹ ਗੁਰਬਾਣੀ ਦੀ ਵਿਚਾਰ ਸੁਣਨਾ, ਮਿਲ ਕੇ ਬੈਠਣਾ, ਇਤਿਹਾਸ ਸੁਣਨਾ, ਵਿਅਕਤੀ ਨੂੰ ਇਹ ਸਮਝ ਆ ਜਾਵੇ, ਸਾਖੀਆਂ ਸੁਣ ਸੁਣ ਕੇ, ਭਗਤਾਂ ਦੇ ਸੇਵਕਾਂ ਦੇ ਚਰਿੱਤਰ ਸੁਣ ਸੁਣ ਕੇ, ਸਤਿਗੁਰਾਂ ਦੇ ਕੌਤਕ ਸੁਣ ਸੁਣ ਕੇ ਵਿਅਕਤੀ ਦੇ ਅੰਦਰ ਇਹ ਭਾਵ ਪੈਦਾ ਹੋ ਜਾਵੇ, ਮੇਰੇ ਨਾਲ ਜੋ ਵੀ ਹੋ ਰਿਹਾ ਮੇਰੇ ਕਰਮਾਂ ਦੇ ਅਨੁਸਾਰ ਹੋ ਰਿਹਾ ਅਤੇ ਉਸ ਸਤਿਗੁਰੂ ਦੀ ਪਰਮਾਤਮਾ ਦੀ ਰਜ਼ਾ ਦੇ ਨਾਲ ਹੋ ਰਿਹਾ। ਸਤਸੰਗ ਕਰਨ ਦੇ ਨਾਲ ਪਹਿਲਾ ਭਾਵ ਵਿਅਕਤੀ ਦੇ ਅੰਦਰ ਇਹ ਆਵੇ ਸਤਸੰਗ 'ਚ, ਫਿਰ ਸਤਸੰਗ ਕਰਨ ਦਾ ਜਿਹੜਾ ਫਾਇਦਾ ਉਹ ਪੂਰਾ ਹੁੰਦਾ। ਅਗਰ ਇੱਥੇ ਮਨ ਨਹੀਂ ਆ ਰਿਹਾ ਫਿਰ ਸਾਨੂੰ ਹੋਰ ਸਤਸੰਗ ਕਰਨ ਦੀ ਲੋੜ ਹੈ, ਫਿਰ ਸਾਨੂੰ ਹੋਰ ਹਜੇ ਸੁਣਨ ਦੀ ਲੋੜ ਹੈ। ਹਜੇ ਮਨ ਦੇ ਅੰਦਰ ਕਿਤੇ ਨਾ ਕਿਤੇ ਕੋਈ ਉਲਝਣ ਹੈ, ਕੋਈ ਸੰਸ਼ੇ ਹੈ, ਕੋਈ ਕਿੰਤੂ ਪਰੰਤੂ ਹੈ, ਕੋਈ ਅਹੰਕਾਰ ਹੈ ਸਾਧ ਸੰਗਤ 'ਚ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਇਹ ਚੀਜ਼ ਸਮਝਣੀ ਹੈ ਸਾਧ ਸੰਗਤ 'ਚ। ਔਰ ਦੂਸਰੀ ਪੰਕਤੀ ਦੇ ਵਿੱਚ ਸਤਿਗੁਰ ਕਹਿ ਰਹੇ ਨੇ ਸਭ ਮੈਂ ਰਵ ਰਹਿਆ ਪ੍ਰਭ ਏਕੋ, ਪੇਖ ਪੇਖ ਨਾਨਕ ਬਿਗਸਾਈ। ਪੰਜਵ ਪਾਤਸ਼ਾਹ ਕਹਿੰਦੇ ਦੂਸਰੀ ਚੀਜ਼ ਮੈਂ ਸੰਤਾਂ ਕੋਲੋਂ ਕੀ ਪ੍ਰਾਪਤ ਕੀਤੀ ਹੈ, ਇਸ ਇਤਿਹਾਸ ਦੀ ਗੁਰਬਾਣੀ ਦੀ ਵਿਚਾਰ ਸੁਣ ਕੇ ਖੋਜ ਕਰਕੇ ਕੀ ਪ੍ਰਾਪਤ ਕੀਤਾ, ਉਹ ਪਰਮਾਤਮਾ, ਉਹ ਸਤਿਗੁਰੂ ਇਸ ਸੰਸਾਰ ਦੇ ਕਣ ਕਣ ਦੇ ਵਿੱਚ ਸਮਾਇਆ ਹੋਇਆ, ਉਹਦੀ ਉਪਸਥਿਤੀ, ਉਹਦੀ ਸੱਤਾ, ਉਹਦੀ ਸਫੁਰਤੀ ਦੇ ਨਾਲ ਹੀ ਇਹ ਸਾਰੀ ਸ੍ਰਿਸ਼ਟੀ ਭਰੀ ਪਈ ਹੈ ਸਾਧ ਸੰਗਤ 'ਚ।
ਵੇਖ ਵੇਖ ਨਾਨਕ ਬਿਗਸਾਈ, ਪੰਜਮ ਪਾਤਸ਼ਾਹ ਕਹਿੰਦੇ ਨੇ ਮੈਂ ਬਨਸਪਤੀ ਦੇ ਵਿੱਚ ਵੀ ਉਹਨੂੰ ਵੇਖ ਕੇ ਆਨੰਦ ਲੈਂਦਾ, ਮੈਂ ਪਸ਼ੂ ਪਕਸ਼ੀਆਂ ਦੇ ਵਿੱਚ ਵੀ ਉਹਨੂੰ ਵੇਖ ਕੇ ਆਨੰਦ ਲੈਂਦਾ, ਮੈਂ ਮਨੁੱਖਾਂ ਦੇ ਵਿੱਚ ਵੀ ਵੇਖ ਕੇ ਉਹਨੂੰ ਆਨੰਦ ਲੈਂਦਾ, ਮੈਂ ਜਿੱਧਰ ਵੀ ਵੇਖਦਾ ਮੈਨੂੰ ਉਹ ਪਰਮਾਤਮਾ ਨਜ਼ਰ ਆਉਂਦਾ, ਮੈਨੂੰ ਉਹ ਸਤਿਗੁਰੂ ਨਜ਼ਰ ਆਉਂਦਾ, ਸਾਸ ਸਭ ਮੈਂ ਰੱਬ ਰਹਿਆ ਪ੍ਰਭ ਇੱਕ ਏਕੋ ਪੇਖ ਪੇਖ ਨਾਨਕ ਬਿਗਸਾਈ। ਭਾਵ ਵੈਰ ਅਤੇ ਵਿਰੋਧ ਦਾ, ਆਪਸੀ ਲੜਾਈ ਅਤੇ ਝਗੜੇ ਦਾ ਜਿਹੜਾ ਮੁੱਖ ਕਾਰਨ ਹੈ ਉਹ ਅਸੀਂ ਦੂਸਰੇ ਨੂੰ ਬੇਗਾਨਾ ਸਮਝਦੇ ਹਾਂ, ਪਰਾਇਆ ਸਮਝਦੇ ਹਾਂ। ਸਾਧਸੰਗ ਜੀ ਸਰਵਸਯ ਚਾਹਮ ਰਿਧੀ ਸੰਨਿਵਿਸ਼ਟੋ ਮਤਾ ਸਮ੍ਰਿਤਿਰ ਗਿਆਨ ਮਪੋਹਨਮ ਚਾ ਵੇਦਿਸ਼ਚ ਸਰਵੈਰਹਮੇਵ ਵੇਦਿਓ ਵੇਦਾਂਤ ਕ੍ਰਿਤ ਵਿਦ ਵਿਦੇਵ ਚਾਹਮ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਅਰਜੁਨ ਮੈਂ ਸਭ ਦੇ ਹਿਰਦਿਆਂ ਦੇ ਵਿੱਚ ਅੰਤਰਜਾਮੀ ਰੂਪ ਦੇ ਵਿੱਚ ਵਿਰਾਜਮਾਨ ਹਾਂ, ਮੈਂ ਸਭ ਦੀ ਆਤਮਾ ਦੇ ਰੂਪ ਦੇ ਵਿੱਚ ਨਿਵਾਸ ਕਰਦਾ। ਭਾਵ ਜਿਸ ਦਿਨ ਸਾਨੂੰ ਇਹ ਸਮਝ ਆ ਜਾਏਗੀ, ਜਿਸ ਤਰ੍ਹਾਂ ਜਿਹਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਹੋਵੇ ਉਹ ਸਾਨੂੰ ਆਪਣਾ ਲੱਗਣ ਲੱਗ ਜਾਂਦਾ, ਜਿਸ ਤਰ੍ਹਾਂ ਜੇ ਖੂਨ ਦਾ ਰਿਸ਼ਤਾ ਨਾ ਹੋਵੇ ਕੋਈ ਸਾਡੇ ਪਿੰਡ ਦਾ ਬੰਦਾ ਮਿਲ ਜਾਵੇ ਉਹਦੇ ਨਾਲ ਸਾਡਾ ਆਪਣਾਪਣ ਬਣ ਜਾਂਦਾ, ਜੇ ਅਸੀਂ ਕਿਤੇ ਹੋਰ ਜਿਸ ਤਰ੍ਹਾਂ ਅੱਜ ਇੰਗਲੈਂਡ ਦੇ ਵਿੱਚ ਬੈਠੇ ਹਾਂ, ਜੇ ਸਾਨੂੰ ਕੋਈ ਇੰਡੀਆ ਦਾ ਬੰਦਾ ਮਿਲ ਜਾਵੇ ਉਹ ਵੀ ਸਾਡਾ, ਚਾਹੇ ਨਾਲ ਖੂਨ ਦਾ ਰਿਸ਼ਤਾ ਨਹੀਂ ਚਾਹੇ ਉਹ ਸਾਡੇ ਪਿੰਡ ਦਾ ਨਹੀਂ ਸਾਡੇ ਦੇਸ਼ ਦਾ ਹੋਣ ਕਰਕੇ ਸਾਨੂੰ ਆਪਣਾ ਲੱਗਣ ਲੱਗ ਜਾਂਦਾ। ਪਰ ਜਿਸ ਦਿਨ ਇਹ ਗੱਲ ਸਮਝ ਆ ਜਾਏਗੀ ਕਿ ਇੱਕੋ ਹੀ ਪਰਮਾਤਮਾ ਦੀ ਅਸੀਂ ਸਾਰੇ ਅੰਸ਼ ਹਾਂ, ਜਿਸ ਤਰ੍ਹਾਂ ਉਹ ਸਮੁੰਦਰ ਚਾਰੋਂ ਤਰਫਾਂ ਤੋਂ ਆਉਂਦੀਆਂ ਹੋਈਆਂ ਨਦੀਆਂ ਨੂੰ ਆਪਣੇ ਵਿੱਚ ਸਮਾ ਲੈਂਦਾ, ਇਸੇ ਪ੍ਰਕਾਰ ਇਹ ਸਾਰੇ ਜੀਵ ਜੰਤੂ ਉਸੇ ਪਰਮਾਤਮਾ ਰੂਪੀ ਸਮੁੰਦਰ ਦੇ ਵਿੱਚੋਂ ਨਿਕਲੇ ਨੇ ਔਰ ਸਾਰਿਆਂ ਨੇ ਉਸੇ ਸਮੁੰਦਰ ਦੇ ਵਿੱਚ ਜਾ ਕੇ ਸਮਾ ਜਾਣਾ। ਜਿਸ ਦਿਨ ਇਹ ਗੱਲ ਸਾਨੂੰ ਸਮਝ ਆ ਜਾਏਗੀ ਉਸ ਦਿਨ ਫਿਰ ਕਿਸੇ ਨਾਲ ਵੈਰ ਵਿਰੋਧ ਈਰਖਾ ਰਾਗ ਦੁਐਸ਼ ਨਹੀਂ ਰਹੇਗਾ। ਸਾਸਨ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜਾ ਮੇਰਾ ਸਾਰਿਆਂ ਨਾਲ ਵੈਰ ਵਿਰੋਧ ਮੁੱਕ ਗਿਆ, ਜਿਹੜੀ ਮੇਰੀ ਸਾਰਿਆਂ ਨਾਲ ਆਪਣਾਪਨ ਬਣ ਗਿਆ, ਇਹ ਦੋ ਚੀਜ਼ਾਂ ਮੈਨੂੰ ਸਮਝ ਦੇ ਵਿੱਚ ਆ ਗਈਆਂ ਨੇ। ਪਹਿਲੀ ਚੀਜ਼, ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੋ ਰਿਹਾ ਉਹ ਪਰਮਾਤਮਾ ਦੀ ਹੁਕਮ ਅਤੇ ਰਜ਼ਾ ਦੇ ਅਨੁਸਾਰ ਹੋ ਰਿਹਾ, ਔਰ ਦੂਸਰੀ ਚੀਜ਼ ਸਾਰਿਆਂ ਦੇ ਵਿੱਚ ਇੱਕੋ ਹੀ ਪਰਮਾਤਮਾ ਦਾ ਨਿਵਾਸ ਹੈ, ਸਾਰੇ ਉਸੇ ਹੀ ਪਰਮਾਤਮਾ ਦੀ ਅੰਸ਼ ਨੇ, ਇਸ ਕਰਕੇ ਮੇਰਾ ਵੈਰ ਵਿਰੋਧ ਸਾਰਿਆਂ ਨਾਲ ਖਤਮ ਹੋ ਗਿਆ। ਸਤਸੰਗ ਕਰਨ ਦਾ ਭਾਵ ਜੋ ਸਿੱਖੀ ਸਿਧਾਂਤ ਦੇ ਵਿੱਚ ਇਸ ਸਤਸੰਗ ਨੂੰ ਮਹਾਨਤਾ ਦਿੱਤੀ ਗਈ ਹੈ ਉਹ ਇਹ ਹੈ, ਹੌਲੀ ਹੌਲੀ ਵਿਅਕਤੀ ਦਾ ਮਨ ਜਦੋਂ ਸਤਿਗੁਰਾਂ ਦੀਆਂ ਸਾਖੀਆਂ ਸੁਣੇਗਾ, ਸਤਿਗੁਰਾਂ ਦੇ ਕੌਤਕ ਸੁਣੇਗਾ, ਗੁਰਬਾਣੀ ਦੀ ਵਿਚਾਰ ਸੁਣੇਗਾ, ਉਹਦੇ ਅੰਦਰ ਇਹ ਵਿਚਾਰ ਪੈਦਾ ਹੋਏਗੀ, ਉਹਦੇ ਅੰਦਰ ਇਹ ਸਮਝ ਪੈਦਾ ਹੋਏਗੀ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਉਹ ਸਤਿਗੁਰੂ ਦੀ ਰਜ਼ਾ ਨਾਲ ਹੋ ਰਿਹਾ, ਇਸ ਕਰਕੇ ਮੈਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ, ਔਰ ਦੂਸਰੀ ਚੀਜ਼ ਸਾਰੇ ਅੰਦਰ ਉਸ ਪਰਮਾਤਮਾ ਦਾ ਨਿਵਾਸ ਹੈ। ਸਾਸਕੇ ਸਤਸੰਗ ਕਰਨ ਦਾ ਇਹ ਭਾਵ ਹੈ, ਜਿਸ ਦਿਨ ਇਹ ਚੀਜ਼ ਪੂਰੀ ਹੋ ਜਾਏਗੀ ਉਸ ਦਿਨ ਵਿਅਕਤੀ ਦੇ ਅੰਦਰ ਉਸ ਸਰਵੱਤਰ ਵਿਆਪਕ ਜੋ ਪਰਮਾਤਮਾ ਹੈ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਉਹਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਜਾਏਗੀ, ਫਿਰ ਉਸ ਇੱਛਾ ਪੈਦਾ ਹੋਣ ਦੇ ਨਾਲ ਵਿਅਕਤੀ ਦੇ ਅੰਦਰ ਯਤਨ ਪੈਦਾ ਹੋ ਜਾਏਗਾ, ਕੋਸ਼ਿਸ਼ ਪੈਦਾ ਹੋ ਜਾਏਗੀ। ਕਿਉਂਕਿ ਸੱਜਣੋ ਅਸੀਂ ਖਿਮਾ ਰੱਖਣਾ, ਅਸੀਂ ਬਹੁਤ ਦਿਨਾਂ ਤੋਂ ਸੁਣਦੇ ਆ ਰਹੇ ਹਾਂ, ਬਹੁਤ ਦਿਨਾਂ ਤੋਂ ਸਿਮਰਨ ਕਰਦੇ ਆ ਰਹੇ ਹਾਂ, ਪਰ ਸੰਤ ਜਵਾਹਰ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਆਖਿਆ ਕਿ ਸਵਾਸ ਸਵਾਸ ਨਾਮ ਜਪਣਾ ਸਤਿਗੁਰਾਂ ਦੇ ਇਸ ਹੁਕਮ ਦੀ ਪਾਲਣਾ ਦੇ ਵਾਸਤੇ। ਸੰਤ ਜਵਾਹਰ ਸਿੰਘ ਜੀ ਨੇ ਇਤਿਹਾਸ ਦੱਸਦਾ ਆਪਣੇ ਕੇਸ ਬੰਨ ਲੈਣੇ ਤਾਂ ਕਿ ਮੈਨੂੰ ਨੀਂਦ ਨਾ ਆਵੇ, ਅਤੇ ਸਵਾਸ ਸਵਾਸ ਸਿਮਰਨ ਕਰਨ ਦਾ ਜੋ ਸਤਿਗੁਰਾਂ ਦਾ ਹੁਕਮ ਹੈ ਮੈਂ ਕਿਤੇ ਉਹਦੇ ਤੋਂ ਖੁੰਝ ਨਾ ਜਾਵਾਂ। ਫਿਰ ਸੰਤ ਜਵਾਹਰ ਸਿੰਘ ਨੇ ਖੂਹ ਦੇ ਉੱਤੇ ਬਹਿ ਜਾਣਾ, ਜਦੋਂ ਨੀਂਦ ਦਾ ਝਟਕਾ ਆਉਣਾ ਜਲ ਦੇ ਵਿੱਚ ਡਿੱਗ ਜਾਣਾ। ਭਾਵ ਕਿਸੇ ਢੰਗ ਦੇ ਨਾਲ ਇਸ ਸਤਿਗੁਰਾਂ ਦੇ ਹੁਕਮ ਨੂੰ, ਉਪਦੇਸ਼ ਨੂੰ ਕਮਾਇਆ ਜਾਵੇ। ਸਾਡੇ ਨਾਮਧਾਰੀ ਇਤਿਹਾਸ ਦੇ ਵਿੱਚ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ। ਬ੍ਰਹਮ ਗਿਆਨੀ ਸੰਤ ਜਗਤ ਸਿੰਘ ਜੀ ਮਹਾਰਾਜ ਦੇ ਉੱਤੇ ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਹ ਆਖਿਆ ਅੱਜ ਤੋਂ ਲੈ ਕੇ ਕੇਸ ਰੱਖਣੇ ਨੇ ਔਰ ਸਵੇਰੇ ਸ਼ਾਮ
ਇਸ ਸਿਮਰਨ ਦਾ ਜਾਪ ਜ਼ਰੂਰ ਕਰਨਾ। ਇਤਿਹਾਸ ਵਿਸ਼ਾਲ ਹੈ। ਸੰਤ ਜਗਤ ਸਿੰਘ ਜੀ ਮਹਾਰਾਜ ਨੂੰ ਕੇਸ ਰੱਖਣ ਦੇ ਕਾਰਨ ਬ੍ਰਾਹਮਣ ਪਰਿਵਾਰ 'ਚੋਂ ਸਨ। ਬਿਰਾਦਰੀ ਨੇ ਮੂੰਹ ਕਾਲਾ ਕੀਤਾ, ਹੱਥ ਦੇ ਵਿੱਚ ਤੰਬਾਕੂ ਫੜਾ ਕੇ ਸਾਰੇ ਪਿੰਡ ਦਾ ਚੱਕਰ ਕਟਵਾਇਆ ਕਿ ਤੂੰ ਨਾਮ ਜਪਦਾ ਅਤੇ ਕੇਸ ਰੱਖਦਾ ਮਹਾਨ ਗੁਨਾਹ ਕੀਤਾ। ਸੰਤ ਜਗਤ ਸਿੰਘ ਜੀ ਮਹਾਰਾਜ ਨੇ ਉਸ ਖੰਡੂ ਵਾਲੀਏ ਪਿੰਡ ਦਾ ਤਿਆਗ ਕਰਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਇਸ ਹੁਕਮ ਦੀ ਪਾਲਣਾ ਕਰਨ ਲਈ ਪਰਿਵਾਰ ਦਾ, ਪਿੰਡ ਦਾ, ਬਿਰਾਦਰੀ ਦਾ ਤਿਆਗ ਕਰ ਦਿੱਤਾ। ਸਾਸੰਗ ਵਿੱਚ ਕਹਿਣ ਤੋਂ ਭਾਵ ਜਿਹੜਾ ਅਸੀਂ ਪੂਰਨ ਰੂਪ ਦੇ ਵਿੱਚ ਸਿਮਰਨ 'ਚ ਨਹੀਂ ਲੱਗ ਪਾਉਂਦੇ ਪਏ, ਪੂਰਨ ਰੂਪ ਦੇ ਵਿੱਚ ਅਸੀਂ ਸੇਵਾ ਨੂੰ ਸਮਰਪਿਤ ਨਹੀਂ ਹੋ ਰਹੇ, ਕਿਤੇ ਨਾ ਕਿਤੇ ਸਾਡੇ ਮਨਾਂ ਦੇ ਅੰਦਰ ਇਹ ਵਿਸ਼ਵਾਸ ਹੈ ਕਿ ਸੁੱਖ ਸੰਸਾਰ ਦੇ ਵਿੱਚ ਹੈ, ਸੁੱਖ ਸੰਸਾਰ ਦੇ ਪਦਾਰਥਾਂ ਦੇ ਵਿੱਚ ਹੈ। ਸਾਡੇ ਮਨਾਂ ਦੇ ਵਿੱਚ ਇਹ ਜੋ ਤਰ੍ਹਾਂ ਤਰ੍ਹਾਂ ਦੇ ਵੈਰ ਵਿਰੋਧ ਨੇ, ਇਹ ਅਸੀਂ ਦੂਸਰਿਆਂ ਨੂੰ ਕਸੂਰਵਾਰ ਠਹਿਰਾਉਂਦੇ ਹਾਂ। ਜਿਸ ਦਿਨ ਸਾਨੂੰ ਇਹ ਸਮਝ ਆ ਜਾਏਗੀ ਕਿ ਸਾਰਾ ਕੁਝ ਸਾਡੇ ਕਰਮਾਂ ਅਨੁਸਾਰ ਹੋ ਰਿਹਾ ਔਰ ਸਭ ਜਗ੍ਹਾ ਵਿਆਪਕ ਉਹ ਪਰਮਾਤਮਾ ਸਾਨੂੰ ਵੇਖ ਰਿਹਾ, ਉਸ ਦਿਨ ਵਿਅਕਤੀ ਦੇ ਅੰਦਰ ਸੰਤ ਜਵਾਹਰ ਸਿੰਘ ਜੀ ਵਾਂਗੂ, ਸੰਤ ਜਗਤ ਸਿੰਘ ਜੀ ਵਾਂਗੂ ਇਹ ਇੱਛਾ ਪੈਦਾ ਹੋ ਜਾਏਗੀ, ਇਹ ਯਤਨ ਪੈਦਾ ਹੋ ਜਾਏਗਾ ਸਾਸਨ ਵਿੱਚ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਬਾਰ ਬਾਰ ਸਤਸੰਗ ਕੀਤਾ ਜਾਵੇ, ਜਦੋਂ ਵੀ ਮੌਕਾ ਮਿਲੇ ਇਸ ਗੁਰਬਾਣੀ ਇਤਿਹਾਸ ਦੀ ਵਿਚਾਰ ਸੁਣੀ ਜਾਵੇ, ਤਾਂ ਕਿ ਸਾਡਾ ਉਹ ਨਿਸ਼ਚੇ ਪੱਕਾ ਹੋਵੇ, ਸਾਡੀ ਉਹ ਸਮਝ ਮਜ਼ਬੂਤ ਹੋਵੇ। ਜਿਹਦੇ ਅੰਦਰੋਂ ਮਜ਼ਬੂਤ ਸਮਝ ਨਿਕਲੇ, ਮਜ਼ਬੂਤ ਇੱਛਾ ਨਿਕਲੇ ਅਤੇ ਦ੍ਰਿੜ ਸੰਕਲਪ ਦੇ ਨਾਲ ਅਸੀਂ ਭਜਨ ਬਾਣੀ ਦੇ ਵਿੱਚ ਲੱਗ ਸਕੀਏ ਸਾਸੰਗ ਵਿੱਚ। ਜਦੋਂ ਇਤਿਹਾਸ ਦੀ ਵਿਚਾਰ ਕਰੀਏ, ਜਨਮ ਸਾਖੀ ਦੇ ਵਿੱਚ ਇੱਕ ਕਥਾ ਆਉਂਦੀ ਹੈ, ਗੁਰੂ ਨਾਨਕ ਪਾਤਸ਼ਾਹ ਆਪਣੇ ਅਨਿੰਨ ਸੇਵਕ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਦੇ ਨਾਲ ਇੱਕ ਨਗਰ ਦੇ ਕੋਲ ਚਲੇ ਗਏ। ਗੁਰੂ ਨਾਨਕ ਆਪਣੀ ਮਸਤੀ ਦੇ ਅਨੁਸਾਰ ਅੰਮ੍ਰਿਤ ਵੇਲਾ ਹੋਣਾ, ਆਖਣਾ ਮਰਦਾਨਿਆ ਰਬਾਬ ਬਜ਼ਾਬ ਬਾਣੀ ਆਈ ਹੈ ਸਾਸਿੰਗ ਵਿੱਚ। ਉਸ ਆਨੰਦ ਦੀ ਅਵਸਥਾ ਨੂੰ, ਉਸ ਵਿਸਮਾਦ ਦੀ ਅਵਸਥਾ ਨੂੰ, ਉਸ ਆਤਮਕ ਸੁੱਖ ਦੀ ਜੋ ਅਭਿਵਿਅਕਤੀ ਹੈ, ਇਹ ਗੁਰਬਾਣੀ ਉਹਦਾ ਹੀ ਨਾਮ ਹੈ ਸਾਸਿੰਗ ਵਿੱਚ। ਗੁਰੂ ਨਾਨਕ ਨੇ ਜਦੋਂ ਉਸ ਮਸਤੀ 'ਚ ਆਉਣਾ, ਮਰਦਾਨੇ ਨੇ ਰਬਾਬ ਵਜਾਉਣੀ, ਗੁਰੂ ਨਾਨਕ ਨੇ ਗਾਉਣਾ, ਸਾਰੇ ਵਾਤਾਵਰਨ ਦੇ ਵਿੱਚ ਇੱਕ ਅਜੀਬ ਸ਼ਾਂਤੀ ਦੀ ਲਹਿਰ ਚੱਲ ਪੈਣੀ ਸਾਸਿੰਗ ਵਿੱਚ। ਉਸੇ ਨਗਰ 'ਚੋਂ ਦੋ ਮਿੱਤਰ ਆਪਣੇ ਰੋਜ਼ ਦੇ ਵਪਾਰ ਦੇ ਅਨੁਸਾਰ ਦੁਕਾਨ ਵੱਲ ਜਾਇਆ ਕਰਦੇ ਸਨ। ਜਦੋਂ ਗੁਰੂ ਨਾਨਕ ਦੇ ਕੋਲ ਪਹੁੰਚੇ, ਉਹਨਾਂ ਦੇ ਸੰਗੀਤ ਦੀ ਆਵਾਜ਼ ਉਹਨਾਂ ਦੇ ਕੰਨ ਦੇ ਵਿੱਚ ਪਈ ਸਾਸੰਗ ਵਿੱਚ, ਜਿਸ ਸੰਗੀਤ ਦੀ ਮਹਾਨ ਦਾਤ ਸਾਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਸਾਸੰਗ ਵਿੱਚ। ਸੰਗੀਤ ਉਸ ਆਤਮਕ ਅਵਸਥਾ ਨਾਲ ਜੁੜਨ ਦਾ ਇੱਕ ਮਹਾਨ ਮਾਧਿਅਮ ਸੀ, ਇੱਕ ਮਹਾਨ ਸਾਧਨ ਸੀ ਸਾਸਨ ਵਿੱਚ। ਜਦੋਂ ਉਹ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪਈ, ਇੱਕ ਮਿੱਤਰ ਦੀ ਥੋੜ੍ਹੀ ਪਰਮਾਤਮਾ 'ਤੇ ਆਸਥਾ ਸੀ, ਧਰਮ ਕਰਮ 'ਤੇ ਵਿਸ਼ਵਾਸ ਸੀ, ਉਹਨੇ ਆਪਣੇ ਦੂਸਰੇ ਮਿੱਤਰ ਨੂੰ ਆਖਿਆ, ਸੱਜਣਾ ਕੋਈ ਸੰਤ ਮਹਾਂਪੁਰਸ਼, ਕੋਈ ਫਕੀਰ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਇੰਨੀ ਮਿਠਾਸ ਅਤੇ ਕਸ਼ਿਸ਼ ਹੈ ਸਾਸਨ ਵਿੱਚ। ਮੈਨੂੰ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਸਤਿਗੁਰਾਂ ਦਾ ਯਾਦ ਆ ਗਿਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਸਾਰੇ ਪ੍ਰੇਮ ਸਤਿਕਾਰ ਨਾਲ ਆਖੀਏ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਦਾਸ ਨੂੰ ਬਨਾਰਸ ਸੰਸਕ੍ਰਿਤ ਪੜ੍ਹਨ ਵਾਸਤੇ ਜਦੋਂ ਭੇਜਿਆ, ਯੂਨੀਵਰਸਿਟੀ 'ਚ ਪ੍ਰੋਫੈਸਰ ਕਲੋਨੀ 'ਚ ਦਾਸ ਇੱਕ ਵਾਰੀ ਜਾ ਰਿਹਾ ਸੀ, ਵੇਦ ਡਿਪਾਰਟਮੈਂਟ ਦੇ ਹੈੱਡ ਪ੍ਰੋਫੈਸਰ ਜੁਗਲ ਕਿਸ਼ੋਰ ਮਿਸ਼ਰ ਜੀ ਨੇ, ਉਹਨਾਂ ਨੇ ਸੈਕਿੰਡ ਫਲੋਰ ਤੋਂ ਮੈਨੂੰ ਆਵਾਜ਼ ਮਾਰੀ। ਜਦੋਂ ਕਿ ਮੈਂ ਉਹਨਾਂ ਨੂੰ ਜਾਣਦਾ ਸੀ, ਪਰ ਮੇਰਾ ਡਿਪਾਰਟਮੈਂਟ ਹੋਣ ਕਰਕੇ, ਕਦੇ ਅਲੱਗ ਹੋਣ ਕਰਕੇ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀ। ਜਦੋਂ ਮੈਂ ਉੱਪਰ ਗਿਆ, ਪ੍ਰੋਫੈਸਰ ਸਾਹਿਬ ਨੂੰ ਮਿਲਿਆ, ਉਹਨਾਂ ਦੇ ਘਰ ਦੇ ਅੰਦਰ ਪ੍ਰਵੇਸ਼ ਕਰਦਿਆਂ ਹੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਵੱਡੀ ਸਾਰੀ ਤਸਵੀਰ ਜਿਹੜੀ ਪੂਰਾ ਖੜ੍ਹੇ ਹੋਇਆਂ ਮਿਲਦੀ ਹੈ ਉਹਨਾਂ ਦੀ,
ਉਹ ਲੱਗੀ। ਮੈਂ ਦੇਖ ਕੇ ਬਹੁਤ ਹੈਰਾਨ ਹੋ ਗਿਆ ਕਿ ਇੱਥੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਤਸਵੀਰ ਇਹਨਾਂ ਦੇ ਘਰ ਮੈਨੂੰ ਬਿਠਾ ਕੇ ਉਹਨਾਂ ਨੇ ਜਲ ਪਾਣੀ ਛਕਾਇਆ, ਬਹੁਤ ਸਤਿਕਾਰ ਕੀਤਾ। ਮੈਨੂੰ ਉਹ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਜਦੋਂ ਮੈਂ ਇਸ ਪਹਿਰਾਵੇ ਦੇ ਵਿੱਚ ਕਿਸੇ ਨੂੰ ਵੇਖ ਲੈਂਦਾ ਨਾ, ਮੈਨੂੰ ਇੰਨੀ ਖੁਸ਼ੀ ਅਤੇ ਚਾਅ ਚੜ੍ਹ ਜਾਂਦਾ ਵੀ ਮੈਂ ਉਹਨੂੰ ਮਿਲ ਕੇ ਉਹਦੀ ਸੇਵਾ ਕਰਾਂ। ਮੈਂ ਕਾਰਨ ਪੁੱਛਿਆ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਇਹ ਬਖਸ਼ਿਸ਼ ਕਿਸ ਤਰ੍ਹਾਂ ਹੋਈ। ਉਹ ਕਹਿਣ ਲੱਗੇ ਕਿ ਇਸ ਯੂਨੀਵਰਸਿਟੀ ਦੇ ਵਿੱਚ 1996 ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਏ ਔਰ ਸੱਚੇ ਪਾਤਸ਼ਾਹ ਜੀ ਨੇ ਪ੍ਰਵਚਨ ਕੀਤੇ, ਉਪਦੇਸ਼ ਦਿੱਤਾ। ਹੁਣ ਉਹ ਪ੍ਰੋਫੈਸਰ ਵੇਦਾਂ ਦੇ ਗਿਆਨੀ ਲੋਕ ਉਹ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਬੋਲਦੇ ਸਨ ਨਾ ਪਏ, ਸ਼ਬਦ ਬੜੇ ਸਾਦੇ ਜਿਹੇ ਸਨ। ਸੱਚ ਬੋਲੋ, ਇਮਾਨਦਾਰੀ 'ਤੇ ਚੱਲੋ, ਸਤਿਗੁਰਾਂ ਦੇ ਹੁਕਮ 'ਚ ਰਹੋ, ਜਿਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਕਰਦੇ ਸਨ ਅਸੀਂ ਸਾਰਿਆਂ ਨੇ ਸੁਣੇ ਨੇ। ਕਹਿੰਦਾ ਪਰ ਉਹ ਇੰਨੇ ਸਾਦੇ ਸਾਦੇ ਸ਼ਬਦ ਸਾਡੇ ਦਿਲਾਂ ਦੇ ਵਿੱਚ ਉਤਰ ਕੇ ਸਾਨੂੰ ਠੰਡ ਪਾ ਰਹੇ ਸਨ ਨਾ, ਮੈਂ ਇਸ ਗੱਲ ਤੋਂ ਹੈਰਾਨ ਸਾਂ ਕਿ ਜੇ ਦਿਲੋਂ ਭਿੱਜੇ ਹੋਏ ਸਾਦੇ ਸਾਦੇ ਸ਼ਬਦ ਬੋਲੇ ਜਾਣ, ਉਹ ਵੀ ਬੰਦੇ ਨੂੰ ਮਹਾਨ ਸ਼ਾਂਤੀ ਦੇ ਸਕਦੇ ਨੇ ਸਤਸੰਗ ਵਿੱਚ। ਸਤਿਗੁਰਾਂ ਦੇ ਉਹ ਸ਼ਬਦ ਕਹਿੰਦਾ ਹਜੇ ਵੀ ਮੇਰੇ ਕੰਨਾਂ ਦੇ ਵਿੱਚ ਘੁਲਦੇ ਰਹਿੰਦੇ ਨੇ ਜਦੋਂ ਮੈਂ ਯਾਦ ਕਰਦਾ, ਔਰ ਉਸੇ ਦਿਨ ਤੋਂ ਮੇਰੀ ਉਹਨਾਂ ਦੇ ਪ੍ਰਤੀ ਮਹਾਨ ਸ਼ਰਧਾ ਅਤੇ ਪਿਆਰ ਬਣ ਗਿਆ। ਮੈਂ ਸਤਿਗੁਰੂ ਜੀ ਨੂੰ ਕਿਤੇ ਨਾ ਕਿਤੋਂ ਉਸ ਪਰਮਾਤਮਾ ਦੇ ਰੂਪ ਦੇ ਵਿੱਚ ਪੂਜਣ ਲੱਗ ਗਿਆ ਅਤੇ ਉਹਦੇ ਕਾਰਨ ਮੈਂ ਉਹਨਾਂ ਦੀ ਤਸਵੀਰ ਆਪਣੇ ਘਰ ਦੇ ਵਿੱਚ ਲਾਈ ਹੈ ਸਤਸੰਗ ਵਿੱਚ। ਭਾਵ ਉਹਨਾਂ ਸ਼ਬਦਾਂ ਨੂੰ ਸੁਣਨ ਦੇ ਨਾਲ ਜਦੋਂ ਉਹ ਸੰਗੀਤ ਦੇ ਸ਼ਬਦ ਗੁਰੂ ਨਾਨਕ ਦੇ ਉਹਨਾਂ ਦੋਨਾਂ ਮਿੱਤਰਾਂ ਦੇ ਕੰਨ ਦੇ ਵਿੱਚ ਪਏ, ਇੱਕ ਮਿੱਤਰ ਦੀ ਗੁਰੂ ਨਾਨਕ ਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ, ਖਾਹਿਸ਼ ਪੈਦਾ ਹੋ ਗਈ ਸਤਸੰਗ ਵਿੱਚ। ਆਪਣੇ ਉਸ ਮਿੱਤਰ ਨੂੰ ਕਹਿੰਦਾ ਕਿਉਂ ਨਾ ਇਸ ਮਹਾਤਮਾ ਦੇ ਦਰਸ਼ਨ ਕਰੀਏ, ਇਹਨਾਂ ਦਾ ਸਤਸੰਗ ਕਰਕੇ ਉਪਦੇਸ਼ ਲਈਏ। ਉਹ ਦੂਸਰਾ ਮਿੱਤਰ ਕਹਿੰਦਾ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਸਤਸੰਗ ਵਿੱਚ। ਕਿਤੇ ਨਾ ਕਿਤੇ ਸਾਡੇ ਮਨਾਂ ਦੇ ਅੰਦਰ ਜੋ ਸਤਿਗੁਰੂ ਨਾਲ ਨਾਮ ਨਾਲ ਜੁੜਨ ਦੇ ਵਿੱਚ ਬਾਧਕ ਹੈ, ਇਹ ਅਵਿਸ਼ਵਾਸ ਹੈ ਸਤਸੰਗ ਵਿੱਚ। ਸਿਮਰਨ ਕੀਤਿਆਂ ਕੀ ਹੋਏਗਾ, ਸਤਿਗੁਰੂ ਦੀ ਪ੍ਰਾਪਤੀ ਨਾਲ ਕੀ ਹੋਏਗਾ, ਸਤਸੰਗ ਜਾ ਕੇ ਕੀ ਹੋਏਗਾ, ਸੇਵਾ ਕਰਨ ਨਾਲ ਕੀ ਹੋਏਗਾ। ਇਹ ਜੋ ਅਵਿਸ਼ਵਾਸ ਹੈ, ਇਹ ਵਿਸ਼ਵਾਸ ਦੀ ਕਮੀ ਜਿਹੜੀ ਆ ਉਹ ਪ੍ਰੇਮ ਨਹੀਂ ਬਣਨ ਦਿੰਦੀ ਸਤਸੰਗ ਵਿੱਚ, ਉਹ ਭਰੋਸਾ ਨਹੀਂ ਬਣਨ ਦਿੰਦੀ, ਔਰ ਇਸ ਕਰਕੇ ਫਿਰ ਉਹਨਾਂ ਸਾਰੀਆਂ ਚੀਜ਼ਾਂ ਦਾ ਆਨੰਦ ਵੀ ਨਹੀਂ ਆਉਂਦਾ ਸਤਸੰਗ ਵਿੱਚ। ਉਹ ਕਹਿੰਦਾ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ, ਇਹ ਧਰਮ ਕਰਮ ਸਭ ਪਖੰਡ ਹੈ। ਪਰ ਉਸ ਮਿੱਤਰ ਨੇ ਉਸ ਸ਼ਬਦਾਂ ਦੀ ਕਸ਼ਿਸ਼ ਦੇ ਕਾਰਨ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਗਿਆ, ਉਪਦੇਸ਼ ਪ੍ਰਾਪਤ ਕੀਤਾ, ਔਰ ਫਿਰ ਦੋਨੋਂ ਮਿੱਤਰ ਆਪਣੀ ਦੁਕਾਨ 'ਤੇ ਚਲੇ ਗਏ ਸਤਸੰਗ ਜੀ। ਦੂਸਰੇ ਦਿਨ ਵੀ ਇਸੇ ਤਰ੍ਹਾਂ ਹੋਇਆ, ਤੀਸਰੇ ਦਿਨ ਵੀ ਇਸੇ ਤਰ੍ਹਾਂ ਹੋਇਆ। ਇੱਕ ਮਿੱਤਰ ਰਸਤੇ ਵਿੱਚ ਬੈਠ ਜਾਇਆ ਕਰੇ, ਦੂਸਰਾ ਮਿੱਤਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਾ ਕੇ ਉਹਨਾਂ ਦੀ ਸਤਸੰਗ ਕਰੇ, ਉਹਨਾਂ ਦੇ ਉਪਦੇਸ਼ ਨੂੰ ਸੁਣਿਆ ਕਰੇ ਸਤਸੰਗ ਜੀ। ਜਦੋਂ ਤੀਸਰੇ ਦਿਨ ਉਹ ਸਤਸੰਗ ਕਰਕੇ ਵਾਪਸ ਆ ਰਿਹਾ ਸੀ, ਉਹਦੇ ਪੈਰ ਦੇ ਵਿੱਚ ਇੱਕ ਕੰਡਾ ਚੁੱਭ ਗਿਆ ਸਤਸੰਗ 'ਚ, ਔਰ ਉਸ ਕੰਡੇ ਦੇ ਨਾਲ ਉਹਦੇ ਪੈਰ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ, ਔਰ ਬੜੀ ਦਰਦ ਦੇ ਨਾਲ ਲੰਗੜਾਉਂਦਾ ਹੋਇਆ ਉਹ ਆਪਣੇ ਮਿੱਤਰ ਦੇ ਕੋਲ ਪਹੁੰਚਿਆ। ਔਰ ਇੱਧਰੋਂ ਜਿਹੜਾ ਮਿੱਤਰ ਨਾਸਤਿਕ ਸੀ ਔਰ ਉੱਥੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਬੈਠਾ, ਬੈਠਦਿਆਂ ਉਹਨੇ ਮਿੱਟੀ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮਾਨਵੀ ਮਨ ਜਿਹੜਾ ਇਹ ਸੁਭਾਵਿਕ ਰੂਪ ਦੇ ਵਿੱਚ ਬੜਾ ਚੰਚਲ ਹੈ ਸਤਸੰਗ 'ਚ, ਬੜਾ ਚੰਚਲ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਹਮੇਸ਼ਾ ਬਾਂਦਰ ਦੀ ਉਪਾਧੀ ਦਿਆ ਕਰਦੇ ਸਨ, ਜਿਸ ਤਰ੍ਹਾਂ ਉਹਦਾ ਸੁਭਾਅ ਬੜਾ ਚੰਚਲ ਹੋਇਆ ਕਰਦਾ ਨਾ, ਇੱਕ ਜਗ੍ਹਾ ਉਹ ਟਿਕਦਾ ਨਹੀਂ, ਇਸੇ ਪ੍ਰਕਾਰ ਮਨ ਦਾ ਵੀ ਇਸੇ ਤਰ੍ਹਾਂ ਦਾ ਸੁਭਾਵ ਹੈ ਸਤਸੰਗ 'ਚ। ਜਾਂ ਤਾਂ ਇਹ ਸਰੀਰ ਨੂੰ ਕੁਛ ਕਰਨ ਲਾ ਦੇਗਾ, ਹੱਥ ਪੈਰ ਹਿੱਲਣ ਲੱਗ ਜਾਣਗੇ, ਜਾਂ ਫਿਰ ਬੈਠਾ ਬੈਠਾ ਆਪਣੀਆਂ ਹੀ ਵਿਚਾਰਾਂ ਦੇ ਵਿੱਚ ਖੋ ਜਾਏਗਾ, ਭਾਵ ਚਿੰਤਨ ਸੰਕਲਪ ਵਿਕਲਪ ਚੱਲਦੇ ਹੀ ਰਹਿਣਗੇ, ਇਹਦੇ ਇੱਕ ਮਿੰਟ ਵੀ ਸ਼ਾਂਤ ਨਹੀਂ ਬਹਿੰਦਾ। ਇਸੇ ਚੰਚਲ ਪ੍ਰਵਿਰਤੀ ਦੇ ਅਨੁਸਾਰ ਉਸ ਮਿੱਤਰ ਨੇ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ,
ਮਿੱਟੀ ਪੁੱਟਦੇ ਪੁੱਟਦੇ ਉਹਨੂੰ ਇੱਕ ਥੱਲੋਂ ਘੜਾ ਮਿਲਿਆ, ਜਿਸ ਘੜੇ ਦੇ ਵਿੱਚ ਦੋ ਸੋਨੇ ਦੀਆਂ ਮੋਹਰਾਂ ਸਨ, ਬਾਕੀ ਸਾਰਾ ਘੜਾ ਸਵਾਹ ਦੇ ਨਾਲ ਭਰਿਆ ਪਿਆ ਸੀ ਸਾਧ। ਜਦੋਂ ਉਹ ਮਿੱਤਰ ਦੂਸਰਾ ਪੈਰ ਦੇ ਵਿੱਚ ਕੰਡਾ ਚੁੱਭਿਆ ਹੋਇਆ ਇਸ ਮਿੱਤਰ ਦੇ ਕੋਲ ਪਹੁੰਚਿਆ ਔਰ ਇਹਨੂੰ ਪੁੱਛਿਆ ਕੀ ਹੋਇਆ, ਕਹਿੰਦਾ ਸਤਿਗੁਰਾਂ ਦੇ ਸ਼ਰਨ 'ਚੋਂ ਆਇਆ ਸਾਂ, ਉਪਦੇਸ਼ ਸੁਣ ਕੇ ਆ ਰਿਹਾ ਸਾਂ, ਕੰਡਾ ਚੁੱਭ ਗਿਆ, ਬੜਾ ਖੂਨ ਵਗ ਰਿਹਾ ਅਤੇ ਦਰਦ ਹੋ ਰਹੀ ਹੈ। ਇਹ ਨਾਸਤਿਕ ਮਿੱਤਰ ਹੱਸਿਆ, ਕਹਿੰਦਾ ਤੂੰ ਤਾਂ ਕਹਿੰਦਾ ਸੈਂ ਸਤਿਗੁਰਾਂ ਦੀ ਸ਼ਰਨ ਦੇ ਨਾਲ ਮਹਾਨ ਸੁੱਖ ਮਿਲਦਾ, ਤੂੰ ਤਾਂ ਕਹਿੰਦਾ ਸੈਂ ਸਤਸੰਗ ਕਰਨ ਦੇ ਨਾਲ ਬੜਾ ਗਿਆਨ ਮਿਲਦਾ, ਸੁੱਖ ਮਿਲਦਾ, ਵੇਖ ਤੈਨੂੰ ਕੰਡਾ ਚੁੱਭਿਆ, ਖੂਨ ਵਗ ਰਿਹਾ, ਬਹੁਤ ਦਰਦ ਹੋ ਰਹੀ ਹੈ, ਔਰ ਮੈਂ ਨਾ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਗਿਆ, ਨਾ ਕੋਈ ਉਪਦੇਸ਼ ਪ੍ਰਾਪਤ ਕੀਤਾ, ਮੈਨੂੰ ਬੈਠੇ ਬੈਠਿਆਂ ਦੋ ਸੋਨੇ ਦੀਆਂ ਮੋਹਰਾਂ ਪ੍ਰਾਪਤ ਹੋ ਗਈਆਂ ਨੇ ਸਾਧਸੰਗ ਵਿੱਚ। ਸਾਡੇ ਮਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਸ਼ੰਕਾ ਬਣ ਜਾਂਦਾ, ਸਾਧਸੰਗ ਵਿੱਚ ਸੰਸ਼ੇ ਪੈਦਾ ਹੋ ਜਾਂਦਾ, ਉਹ ਤਾਂ ਬੜਾ ਨਾਸਤਿਕ ਹੈ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਵੀ ਨਹੀਂ ਜਾਂਦਾ, ਸਿਮਰਨ ਵੀ ਨਹੀਂ ਕਰਦਾ, ਉਹਦੇ ਕੋਲ ਤਾਂ ਸੰਸਾਰ ਦੇ ਬੜੇ ਸੁੱਖ ਨੇ, ਉਹਦੇ ਕੋਲ ਤਾਂ ਸੰਸਾਰ ਦੇ ਬੜੇ ਪਦਾਰਥ ਨੇ। ਸੱਜਣੋ ਜੇ ਵਿਚਾਰ ਕਰੀਏ, ਹੋ ਸਕਦਾ ਸਤਿਗੁਰੂ ਦਾ ਸਿੱਖ ਦੁਨਿਆਵੀ ਰੂਪ ਦੇ ਵਿੱਚ ਬੜਾ ਗਰੀਬ ਹੋਵੇ, ਸਤਿਗੁਰੂ ਦਾ ਸਿੱਖ ਦੁਨਿਆਰੀ ਰੂਪ ਦੇ ਵਿੱਚ ਸਰੀਰ ਕਰਕੇ ਬੜਾ ਬਿਮਾਰ ਹੋਵੇ, ਪਰ ਇਹ ਬਾਹਰੀ ਚੀਜ਼ਾਂ ਇਹ ਸਿੱਧ ਨਹੀਂ ਕਰਦੀਆਂ ਕਿ ਇਹਦੇ ਅੰਦਰ ਸਤਿਗੁਰੂ ਨਾਲ ਪਿਆਰ ਨਹੀਂ ਅਤੇ ਉਸ ਸਿਮਰਨ ਦਾ ਵਾਸਾ ਨਹੀਂ ਗਾ ਸਾਧਸੰਗਤ 'ਚ। ਇੱਥੇ ਕਰਮਾਂ ਦੀਆਂ ਖੇਡਾਂ ਨੇ, ਬਾਹਰੀ ਸਰੀਰ ਦੀ ਪ੍ਰਾਪਤ ਹੋਣਾ ਔਰ ਧਨ ਪਦਾਰਥ ਦੇ ਸੰਸਾਰਿਕ ਸੁੱਖਾਂ ਨੂੰ ਪ੍ਰਾਪਤ ਹੋਣਾ, ਪਰ ਸਿਮਰਨ ਦੀ ਜਿਹੜੀ ਕਮਾਈ ਹੈ ਉਹ ਚਾਹੇ ਕਰਮ ਕਿੰਨੇ ਵੀ ਖਰਾਬ ਹੋਣ, ਵਿਅਕਤੀ ਮਿਹਨਤ ਕਰਕੇ ਸਤਿਗੁਰਾਂ ਦੀ ਸ਼ਰਨ ਪ੍ਰਾਪਤ ਕਰਕੇ ਉਪਦੇਸ਼ ਪ੍ਰਾਪਤ ਕਰਕੇ ਇਸ ਨਾਮ ਦੇ ਰਸ ਨੂੰ ਗਰੀਬੀ ਦੇ ਵਿੱਚ ਵੀ ਮਾਣ ਸਕਦਾ, ਬਿਮਾਰੀ ਦੇ ਵਿੱਚ ਵੀ ਮਾਣ ਸਕਦਾ। ਸਾਧਸੰਗਤ ਵਿੱਚ ਇਸ ਸੰਸ਼ੇ ਦੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਉਹ ਅਧਾਰਮਿਕ ਹੋਣ ਦੇ ਬਾਵਜੂਦ ਵੀ ਬੜਾ ਸੁਖੀ ਹੈ, ਬੜਾ ਅਮੀਰ ਹੈ, ਸਰੀਰ ਕਰਕੇ ਬੜਾ ਰਿਸ਼ਟ ਪੁਸ਼ਟ ਹੈ, ਪਰ ਆਂਤਰਿਕ ਜੋ ਸੁੱਖ ਹੈ ਧਾਰਮਿਕ ਵਿਅਕਤੀ ਹੀ ਜਾਣ ਸਕਦਾ, ਸਤਿਗੁਰੂ ਦਾ ਸਿੱਖ ਹੀ ਜਾਣ ਸਕਦਾ ਸਾਧਸੰਗਤ ਵਿੱਚ। ਪਰ ਉਹਦੇ ਕਹਿਣ ਦੇ ਅਨੁਸਾਰ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ, ਆਖਿਰ ਮੈਨੂੰ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਨ ਨਾਲ ਕੀ ਮਿਲਿਆ, ਮੈਨੂੰ ਉਪਦੇਸ਼ ਸੁਣਨ ਦੇ ਨਾਲ ਕੀ ਮਿਲਿਆ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਹਾਜ਼ਰ ਹੋ ਗਿਆ ਸਾਧਸੰਗਤ ਵਿੱਚ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਉਸ ਸਿੱਖ ਦਾ ਚਿਹਰਾ ਵੇਖਿਆ, ਜਾਨੀ ਜਾਨ ਸਤਿਗੁਰੂ ਸਾਰੀਆਂ ਦਿਲਾਂ ਦੀਆਂ ਗੱਲਾਂ ਨੂੰ ਜਾਣਦੇ ਹੋਏ ਪੁੱਛਦੇ ਨੇ ਕਿਸ ਤਰ੍ਹਾਂ ਆਉਣੇ ਹੋਏ। ਸਿੱਖ ਨੇ ਆਪਣੇ ਸਾਰੀ ਮਨ ਦੀ ਵਿਥਿਆ ਨੂੰ ਦੱਸ ਦਿੱਤਾ ਸਾਧਸੰਗਤ ਵਿੱਚ। ਕਹਿੰਦਾ ਸੱਚੇ ਪਾਤਸ਼ਾਹ ਅਸੀਂ ਦੋ ਮਿੱਤਰ ਹਾਂ, ਦੋਨੋਂ ਰੋਜ਼ ਇੱਥੋਂ ਲੰਘਦੇ ਹਾਂ, ਪਰ ਇਹ ਇੱਕ ਮਿੱਤਰ ਮੇਰਾ ਦੂਸਰਾ ਨਾਸਤਿਕ ਹੈ, ਮੈਂ ਆਸਤਿਕ ਹੋਣ ਦੇ ਕਰਕੇ ਰੋਜ਼ ਆਪ ਦੇ ਦਰਸ਼ਨ ਕਰਨ ਆਉਂਦਾ ਸਾਂ, ਆਪ ਦਾ ਉਪਦੇਸ਼ ਸੁਣਦਾ ਸਾਂ, ਕੱਲ੍ਹ ਜਦੋਂ ਮੈਂ ਆਪ ਦਾ ਉਪਦੇਸ਼ ਸੁਣ ਕੇ ਜਾਂਦਾ ਪਿਆ ਮੇਰੇ ਪੈਰ ਦੇ ਵਿੱਚ ਕੰਡਾ ਚੁੱਭ ਗਿਆ, ਬੜਾ ਖੂਨ ਨਿਕਲਿਆ, ਬੜੀ ਦਰਦ ਹੋਈ ਹੈ, ਅਤੇ ਦੂਸਰਾ ਮਿੱਤਰ ਨੂੰ ਬੈਠਿਆਂ ਬੈਠਿਆਂ ਸੋਨੇ ਦੀਆਂ ਮੋਹਰਾਂ ਲੱਭੀਆਂ ਨੇ ਇੱਕ ਘੜੇ ਦੇ ਵਿੱਚੋਂ। ਸੱਚੇ ਪਾਤਸ਼ਾਹ ਇਸ ਮਿੱਤਰ ਨੇ ਇਹ ਸ਼ੰਕਾ ਪੈਦਾ ਕਰ ਦਿੱਤਾ ਕਿ ਸਤਿਗੁਰਾਂ ਦੀ ਸ਼ਰਨ ਪ੍ਰਾਪਤ ਕਰਨ ਦਾ ਫਿਰ ਫਲ ਕੀ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਅੰਤਰ ਧਿਆਨ ਹੋ ਗਏ ਸਾਧਸੰਗ ਵਿੱਚ, ਉਸ ਗੁਰਮੁਖ ਦੇ ਸੰਸ਼ੇ ਨੂੰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਤੂੰ ਇਸ ਤਰ੍ਹਾਂ ਦੇ ਕਰਮ ਕੀਤੇ ਸਨ ਪਿਛਲੇ ਜਨਮ ਦੇ ਵਿੱਚ, ਤੈਨੂੰ ਇਸ ਜਨਮ ਦੇ ਵਿੱਚ ਸੂਲੀ 'ਤੇ ਟੰਗਣ ਦਾ ਦੁੱਖ ਮਿਲਣਾ ਸੀ, ਭਾਵ ਫਾਂਸੀ ਵਰਗੀ ਸਜ਼ਾ ਹੋਣੀ ਸੀ, ਪਰ ਤੂੰ ਸਾਡੀ ਸ਼ਰਨ ਦੇ ਵਿੱਚ ਆਇਆ, ਉਸ ਗੁਰਬਾਣੀ ਦੇ ਕੀਰਤਨ ਨੂੰ ਸੁਣਿਆ, ਹਰ ਜਸ ਸੁਣਿਆ, ਇਸ ਕਰਕੇ ਤੇਰੀ ਉਸ ਸੂਲੀ ਦੀ ਸਜ਼ਾ ਨੂੰ ਅਸੀਂ ਕੰਡੇ ਦੇ ਵਿੱਚ ਬਦਲ ਦਿੱਤਾ ਸਾਧਸੰਗ ਵਿੱਚ। ਔਰ ਜਿਹੜਾ ਤੇਰਾ ਨਾਸਤਿਕ ਮਿੱਤਰ ਇਹ ਕਹਿੰਦਾ ਕਿ ਸਤਿਗੁਰਾਂ ਦੀ ਸ਼ਰਨ ਪ੍ਰਾਪਤ ਕਰਨ ਦਾ, ਸਤਸੰਗ ਕਰਨ ਦਾ ਕੋਈ ਫਲ ਨਹੀਂ, ਇਹਨੇ ਪਿਛਲੇ ਜਨਮ ਦੇ ਵਿੱਚ
ਇਹਨੇ ਸ਼ੁਭ ਕਰਮ ਕੀਤੇ ਸਨ, ਇਹਨੂੰ ਸੋਨੇ ਦੀਆਂ ਮੋਹਰਾਂ ਦੀ ਇੱਕ ਪੂਰਾ ਘੜਾ ਗਾਗਰ ਮਿਲਣੀ ਸੀ, ਭਾਵ ਸੰਸਾਰ ਦੇ ਸਾਰੇ ਸੁੱਖ ਮਿਲਣੇ ਸਨ, ਪਰ ਇਸ ਜਨਮ ਦੇ ਵਿੱਚ ਇਹ ਸਤਿਗੁਰਾਂ ਦੀ ਸ਼ਰਨ ਨਹੀਂ ਗਿਆ, ਇਹਨੇ ਸਤਸੰਗ ਨਹੀਂ ਕੀਤਾ, ਮਾੜੇ ਕਰਮ ਕਰਦਾ ਰਿਹਾ ਏ। ਸਾਰੀ ਉਹ ਸੋਨੇ ਦੀਆਂ ਮੋਹਰਾਂ ਸਵਾਹ ਬਣ ਗਈਆਂ। ਇਹਨੇ ਤੇਰੀ ਸੰਗਤ ਕੀਤੀ ਹੈ, ਤੇਰਾ ਦਰਸ਼ਨ ਕੀਤਾ, ਤੂੰ ਸਾਡੀ ਸੰਗਤ ਕੀਤੀ ਹੈ, ਸਾਡਾ ਦਰਸ਼ਨ ਕੀਤਾ, ਇਸ ਕਰਕੇ ਦੋ ਸੋਨੇ ਦੀਆਂ ਮੋਹਰਾਂ ਬਚ ਗਈਆਂ, ਬਾਕੀ ਸਾਰੀਆਂ ਸਵਾਹ ਬਣ ਗਈਆਂ ਸਾਧਸੰਗ। ਭਾਵ ਸਤਸੰਗ ਕਰਨ ਦੇ ਨਾਲ ਪੂਰਵ ਜਨਮਾਂ ਦਾ ਜੋ ਫਲ ਹੈ ਉਹ ਵੀ ਕੱਟਿਆ ਜਾਂਦਾ, ਔਰ ਜੀਵ ਨੂੰ ਇਹ ਗਿਆਨ ਵੀ ਹੋ ਜਾਂਦਾ ਕਿ ਮੇਰੇ ਜੀਵਨ ਦੇ ਵਿੱਚ ਜੋ ਕੁਛ ਵੀ ਘਟ ਰਿਹਾ ਮੇਰੇ ਕਰਮਾਂ ਦੇ ਅਨੁਸਾਰ ਘਟ ਰਿਹਾ। ਇਸ ਕਰਕੇ ਸਤਸੰਗ ਕਰਨਾ ਬਹੁਤ ਜ਼ਰੂਰੀ ਹੈ, ਔਰ ਸਿੱਖੀ ਸਿਧਾਂਤ ਦੇ ਅੰਦਰ ਪਹਿਲੀ ਜੋ ਚੀਜ਼ ਹੈ ਉਹਦਾ ਨਾਮ ਹੈ ਸਤਸੰਗ ਸਾਸੰਗ।